ਇੱਕ ਵੱਡਾ ਮਸਲਾ ਖੜਾ ਹੋਇਆ ਹੈ ਕਿ ਰਾਜਪਾਲ ਦੇ ਵੱਲੋਂ ਦੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ਤੇ ਸੀਐਮ ਭਗਵੰਤ ਮਾਨ ਤੇ ਪਰਚਾ ਦਰਜ ਹੋਵੇਗਾ ਕੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਦੇ ਲਈ ਕਦਮ ਵਧ ਰਹੇ ਨੇ ਰਾਜਪਾਲ ਸਾਹਿਬ ਨੇ ਕਹਿ ਦਿੱਤਾ ਸੀਐਮ ਦੇ ਖਿਲਾਫ ਕ੍ਰਿਮੀਨਲ ਕੇਸ ਰਜਿਸਟਰਡ ਕਰਵਾਇਆ ਜਾਵੇ 124 ਇਹ ਕਹਿੰਦੇ ਆ ਕਿ 1 ਸਾਲ ਤੋਂ ਲੈ ਕੇ 7 ਸਾਲ ਤੱਕ ਸਜ਼ਾ ਹੋ ਸਕਦੀ ਹੈ ਔਰ ਫਿਰ ਨੌਨ ਅਵੇਲੇਬਲ ਆ ਤੁਹਾਨੂੰ ਜਮਾਨਤ ਨਹੀਂ ਮਿਲ ਸਕਦੀ ਆਪ ਬੰਦਾ ਤੇ ਚਾਹੇ ਕੋਈ ਮੁੱਖ ਮੰਤਰੀ ਆ ਚਾਹੇ ਕੋਈ ਸਰਪੰਚਾ ਚਾਹੇ ਕੋਈ ਐਮਪੀ ਆ ਦੇਸ਼ ਦੇ ਰਾਸ਼ਟਰਪਤੀ ਤੇ ਕਿਸੇ ਵੀ ਸੂਬੇ ਦੇ ਰਾਜਪਾਲ ਖਿਲਾਫ ਕਿਸੇ ਵੀ ਭਾਵਨਾ ਦੇ ਨਾਲ ਅਟੈਕ ਕਰਦਾ ਉਹ ਜਿਹੜੀ ਪਿਛਲੇ 1 ਸਾਲ ਤੋਂ ਜਿਹੜੀ ਤੂ ਤੂ ਮੈਮੇ ਚੱਲ ਰਹੀ ਆ ਕਿ ਉਹ ਕਹਿ ਰਹੇ ਕਿ ਪਾਣੀ ਟਪ ਚੁੱਕਾ ਪਰ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹੇ ਸ਼ਬਦ ਕਿਹੜਾ ਵਰਤਿਆ ਹੋਵੇਗਾ ਜਿਸ ਨੂੰ ਆਧਾਰ ਬਣਾ ਰਿਹਾ ਉਹ ਇਹ ਵੀ ਚਿੱਠੀਆਂ ਲਿਖਦਾ ਫਿਰ ਵੇਲਾ ਫਿਰ ਚਿੱਠੀਆਂ ਨੂੰ ਲਵ ਲੈਟਰ ਫਿਰ ਬੀਜੇਪੀ ਦਾ ਏਜੰਟ ਇਹ ਪਰਚਾ ਹੁੰਦਾ ਤੇ ਫਿਰ ਕੀ ਨਤੀਜੇ ਹੋ ਉਹ ਦੇਖੋ ਉਹਨੂੰ 1 ਸਾਲ ਤੋਂ ਲੈ ਕੇ 7 ਸਾਲ ਤੱਕ ਸਜ਼ਾ ਹੋ ਚਾਈਦੀ ਹੈ ਜੁਰਮਾਨਾ ਵੀ ਨਾਲ ਹੋਏਗਾ ਸਵਾਲ ਹੈ ਕਿ ਜਿਹੜਾ ਪੰਜਾਬ ਹੌਲੀ ਹੌਲੀ ਵਾਕੇ ਰਾਸ਼ਟਰਪਤੀ ਰਾਜ ਲਾਗੂ ਹੋਏਗਾ ਇਹ ਵਾਕੇ ਇਹ ਸਰਕਾਰ ਡਿਗਣੀ ਆ ਜਾਂ 356 ਲਾ ਕੇ ਇੱਥੇ ਗਵਰਨਰ ਰਾਜ ਲਾਉਣਾ ਤੇ ਫਿਰ ਇਹਦੇ ਚ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਏਗਾ ਭਗਵੰਤ ਮਾਨ ਸਾਹਿਬ ਦਾ ਨੁਕਸਾਨ ਹੋਏਗਾ ਔਰ ਜਿਹੜੀ ਹੈ ਕਿ ਗਵਰਨਰ ਸਾਹਿਬ ਨੇ ਕੰਪਲੇਂਟ ਦਰਜ ਕਰਵਾ ਦਿੱਤੀ ਰਾਸ਼ਟਰਪਤੀ ਰਾਜ 356 ਦੇ ਨੇੜੇ ਪੰਜਾਬ ਪਹੁੰਚ ਗਿਆ ਇੱਕ ਨਵਾਂ ਰਾ ਲੱਭਿਆ ਜਾਵੇ ਕਿ ਕਿਉਂ ਨਾ ਰਾਸ਼ਟਰਪਤੀ ਰਾਜ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਮੈਜੋਰਟੀ ਤਾਂ ਇਹਨਾਂ ਕੋਲ ਬਹੁਤ ਜ਼ਿਆਦਾ ਹੈ ਸ਼ੋਅ ਕਰ ਦਿੱਤੀ ਜਾਵੇ ਸਾਡਾ ਇੱਕ ਸਪਾਈ ਹੋਰ ਆ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਬਣੇਗਾ ਚਿਹਰੇ ਤੇ ਪੰਜਾਬ ਦੇ ਛੱਡੋ ਦਿੱਲੀ ਵਾਲੇ ਆ ਵੀ ਬੜੇ ਅੱਡੀਆਂ ਨੂੰ ਥੁੱਕ ਲਾ ਕੇ ਬੈਠੇ ਹੋਏ ਨੇ ਉਹ ਵੀ ਤੇ ਕੱਪੜੇ ਸਵਾ ਕੇ ਬੈਠੇ ਨਾ ਜੀ ਤੇ ਜਿਹੜੇ ਭਗਵੰਤ ਮਾਨ ਸਾਹਿਬ ਦੇ ਸਿਆਸੀ ਦੁਸ਼ਮਣ ਆ ਵੀ ਇਹਿੰਦਾ ਪਾਰਟੀ ਆਮ ਆਪ ਦੀ ਪਾਰਟੀ ਦੇ ਜਿਹੜੇ ਉਹਨਾਂ ਦੇ ਸਿਆਸੀ ਸ਼ਰੀਕ ਬੈਠੇ ਨੇ ਉਹ ਪੰਜਾਬ ਚੋਂ ਵੀ ਆ ਨੇ ਉਹ ਦਿੱਲੀ ਚੋਂ ਵੀ ਆ ਉਹਨਾਂ ਨੂੰ ਬਹੁਤ ਵੱਡਾ ਬਲ ਮਿਲੇਗਾ ਵਿਰੋਧੀ ਤੇ ਖੁਸ਼ ਹੋਣਗੇ ਹੋਣਗੇ ਚਾਹੇ ਉਹ ਕਾਲੀ ਦਲ ਵਾਲੇ ਖੁਸ਼ ਹੋਣ ਚਾਹੇ ਬੀਜੇਪੀ ਵਾਲੇ ਖੁਸ਼ ਹੋਣ ਚਾਹੇ ਕਾਂਗਰਸੀ ਖੁਸ਼ ਹੋਣ ਉਹਨਾਂ ਦੇ ਆਪਣੇ ਬੜੇ ਖੁਸ਼ ਹੋਣਗੇ ਪ੍ਰੋਬਲਮ ਕੀ ਹੈ ਕਿ ਭਗਵੰਤ ਮਾਨ ਸਾਹਿਬ ਦੀ ਜਿਹੜੀ એનર્ਜੀ ਹੈ ਨਾ ਉਹ ਅਜੇ ਕੰਮਾਂ ਤੇ ਲੱਗ ਗਈ ਹੈ ਜਿਹਦੇ ਨਾਲ ਪੰਜਾਬ ਦਾ ਵੀ ਨੁਕਸਾਨ ਹੋਏਗਾ ਉਹਨਾਂ ਦਾ ਆਪਣਾ ਨੁਕਸਾਨ ਇੱਕ ਦੋਨੇ ਚਾਰੇ ਪਾਸੇ ਫਰੰਟ ਖੋਲੇ ਨੇ ਗਵਰਨਰ ਸਾਹਿਬ ਨਾਲ ਵੱਖਰਾ ਫਰੰਟਾ ਅਕਾਲ ਤਖਸਾਲ ਸਾਹਿਬ ਨਾਲ ਵੱਖਰਾ ਫਰੰਟਾ ਸ਼ਰਮਨ ਗੁਰਦਾਵ ਜੀ ਦੀ ਬੇਟੀ ਨਾਲ ਵੱਖਰਾ ਕਾਲੀ ਦਲ ਨਾਲ ਵੱਖਰਾ ਭਾਜਪਾ ਨਾਲ ਵੱਖਰਾ ਕਾਂਗਰਸ ਨਾਲ ਵੱਖਰਾ ਫਰੰਟ ਹੀ ਇਹ ਹੈ ਤੇ ਉਹਨਾਂ ਦੀ એનર્ਜੀ ਮਿਲ ਆ ਗਿਆ 24 ਘੰਟਿਆਂ ਜੂ ਤੇ 12 ਦੇ ਡੇ ਖਾ ਜਾਂਦੇ ਨੇ ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਇੱਕ ਵੱਡਾ ਮਸਲਾ ਖੜਾ ਹੋਇਆ ਹੈ ਕਿ ਰਾਜਪਾਲ ਦੇ ਵੱਲੋਂ ਕਈਆਂ ਗੀਆਂ ਗੱਲਾਂ ਦਿੱਤੀਆਂ ਗੀਆਂ ਸ਼ਿਕਾਇਤਾਂ ਦੇ ਆਧਾਰ ਤੇ ਸੀਐਮ ਭਗਵੰਤ ਮਾਨ ਤੇ ਪਰਚਾ ਦਰਜ ਹੋਵੇਗਾ ਕਿ ਪਰਚਾ ਦਰਜ ਹੋਣ ਤੋਂ ਬਾਅਦ ਮੁਸੀਬਤਾਂ ਵੱਧ ਜਾਣਗੀਆਂ ਗੱਲ ਕਿੱਥੇ ਤੱਕ ਪੁੱਜਣੀ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਦੇ ਲਈ ਕਦਮ ਵਧ ਰਹੇ ਨੇ ਜਾਂ ਵਜ੍ਹਾ ਕੋਈ ਹੋਰ ਹੈ ਇਸ ਤੇ ਵੀ ਗੱਲ ਹੋਵੇਗੀ ਨਾਲ ਗੱਲ ਕਰਾਂਗੇ ਵੱਡੀ ਮਾਤਰਾ ਦੇ ਵਿੱਚ ਖੇਪ ਜਿਹੜੀ ਨਸ਼ੇ ਦੀ ਫੜੀ ਗਿਆ तकरीबन 70 ਕਿਲੋ ਬਾਰਡਰ ਦੇ ਉੱਤੇ ਖਰਾਈਂ ਦਾ ਫੜੇ ਜਾਣਾ ਇਸ ਦੀ ਵੀ ਚਰਚਾ ਕਰਾਂਗੇ ਔਰ ਪੰਜਾਬ ਦਾ ਇੱਕ ਹੋਰ بڑا ਅਹਿਮ ਮੁੱਦਾ ਇਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਜੀ ਰਾਜਪਾਲ ਤੇ ਮੁੱਖ ਮੰਤਰੀ ਦੇ ਤਕਰਾਰ ਬਾਰੇ ਸਾਰੇ ਜਾਣੂ ਆ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੀ ਲੜਾਈ ਚੱਲ ਰਹੀ ਹੈ ਪਰ ਹੁਣ ਜਿਹੜੀ ਨਵੀਂ ਗੱਲ ਸਾਹਮਣੇ ਨਿਕਲ ਕੇ ਆਈ ਹੈ ਇੱਥੋਂ ਤਾਂ ਵੱਡੇ ਸੰਕੇਤ ਮਿਲ ਗਏ ਡੂੰਗੇ ਕਿੱਥੋਂ ਤੱਕ ਗੱਲ ਪੁੱਜ ਸਕਦੀ ਹੈ ਦੇਖੋ ਸੰਦੀਪ ਬਾਬਾ ਇਸ ਮਸਲੇ ਦੇ ਕਈ ਵਾਰ ਡਿਸਕਸ ਕਰ ਚੁੱਕੇ ਆ ਕਿ ਜੇ ਰਾਜਪਾਲ ਸਾਹਿਬ ਤੇ ਮੁੱਖ ਮੰਤਰੀ ਵਿਚਕਾਰ ਜਿਹੜਾ ਤਕਰਾਰ ਵਧੀ ਆ ਜਿਉ ਤਕਰਾਰ ਨਾ ਰੁਕੀ ਤੇ ਉਹਦਾ ਨੁਕਸਾਨ ਪੰਜਾਬ ਨੂੰ ਹੋਏਗਾ ਉਹ ਜਿਹੜੀ ਅਸੀਂ ਪਿਛਲੇ 1 ਸਾਲ ਤੋਂ ਇਹ ਗੱਲਾਂ ਕਰਦੇ ਆ ਰਹੇ ਉਹਦਾ ਅੰਤ ਆ ਗਿਆ ਉਹਦਾ ਸ਼ਿਕਰ ਆ ਗਿਆ ਕਿਉਂਕਿ ਹੁਣ ਰਾਜਪਾਲ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਆਪਣੇ ਦਫ਼ਤਰ ਨੂੰ ਹੁਦੇਸ਼ ਜਾਰੀ ਕਰ ਦਿੱਤੇ ਨੇ ਕਿ ਇਹਨਾਂ ਸੀਐਮ ਦੇ ਖਿਲਾਫ ਕ੍ਰਿਮినਲ ਕੇਸ ਰਜਿਸਟਰਡ ਕਰਵਾਇਆ ਜਾਵੇ ਉਹ ਵੀ ਆਈਪੀਸੀ ਜਿਹੜੀ ਧਾਰਾ 124 ਉਹ 124 ਕੀ ਕਹਿੰਦੀ ਆ ਜਿਹੜਾ ਦੇਸ਼ ਦੇ ਸੰਵਿਧਾਨ ਦੇ ਵਿੱਚ 124 ਡਿਫਾਈਨ ਇਹ ਕਰਦੀ ਆ ਕਿ ਕੋਈ ਵੀ ਬੰਦਾ ਭਾਰਤੀ ਚਾਹੇ ਉਹ ਆਮ ਬੰਦਾ ਤੇ ਚਾਹੇ ਕੋਈ ਮੁੱਖ ਮੰਤਰੀ ਆ ਚਾਹੇ ਕੋਈ ਸਰਪੰਚ ਆ ਚਾਹੇ ਕੋਈ ਐਮਪੀ ਆ ਅਗਰ ਕੋਈ ਵੀ ਸਾਡਾ ਵਸਿੰਦਾ ਦੇਸ਼ ਦਾ ਦੇਸ਼ ਦੇ ਰਾਸ਼ਟਰਪਤੀ ਤੇ ਕਿਸੇ ਵੀ ਸੂਬੇ ਦੇ ਰਾਜਪਾਲ ਖਿਲਾਫ ਕਿਸੇ ਵੀ ਭਾਵਨਾ ਦੇ ਨਾਲ ਅਟੈਕ ਕਰਦਾ ਕਿਸੇ ਵੀ ਉਹਦੀਆਂ ਧਾਰਨਾਵਾਂ ਗਲਤ ਕੱਢਦਾ ਉਸਨਾਂ ਦੇ ਖਿਲਾਫ ਅਜਿਹੇ ਸ਼ਬਦਾਂ ਦਾ ਇਸਤੇਮਾਲ ਉਹਦੀ ਪਰਸਨੈਲਿਟੀ ਨੂੰ ਲੈ ਕੇ ਸ਼ਬਦਾਬਲੀ ਉਹਨਾਂ ਦੀ ਵਿక్తి ਵਿਸ਼ੇਸ਼ ਨੂੰ ਲੈ ਕੇ ਟਿਚਰਾਂ ਕਰਨੀਆਂ ਏ 124 ਇਹ ਕਹਿੰਦੇ ਆ ਕਿ 1 ਸਾਲ ਤੋਂ ਲੈ ਕੇ 7 ਸਾਲ ਤੱਕ ਸਜ਼ਾ ਹੋ ਸਕਦੀ ਆ ਔਰ ਫਿਰ ਨੌਨ ਅਵੇਲੇਬਲ ਤੁਹਾਨੂੰ ਜ਼ਮਾਨਤ ਨਹੀਂ ਮਿਲ ਸਕਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਸੈਸ਼ਨ ਕੋਰਟ ਤੇ ਹਿੰਮਤ ਨਹੀਂ ਕਰ ਸਕਦੀ ਕਿ ਜੇ ਇੱਕ ਗਵਰਨਰ ਦੀ ਸ਼ਿਕਾਇਤ ਤੇ 124 ਦੇ ਤਹਿਤ ਕਿਸੇ ਖਿਲਾਫ ਪਰਚਾ ਦਰਜ ਹੋਇਆ ਹੋਵੇ ਤੇ ਕੋਈ ਸੈਸ਼ਨ ਅਦਾਲਤ ਕਿਸੇ ਨੂੰ ਰੀਲੀਫ ਦੇ ਦੇਗੀ ਹਾਈ ਕੋਰਟ ਦੇ ਜੱਜ ਉਹ ਵੀ ਜੇ ਕੋਈ ਪਾਵਰਫੁਲ ਹੋਇਆ ਜਿੰਨੂੰ ਵਿਧਾਨ ਤੇ ਸੰਵਿਧਾਨ ਦੀ ਡੂੰਗੀ ਜਾਣਕਾਰੀ ਜਾਂ ਜਿਹੜਾ ਆਪਣਾ ਨਫਾ ਨੁਕਸਾਨ ਨਹੀਂ ਦੇਖੂਗਾ ਜੱਜ ਉਹ ਜ਼ਮਾਨਤ ਦੇ ਸਕਦਾ ਹੈ ਕੇ ਨਹੀਂ ਦੇ ਸਕਦਾ 124 ਜਿਹੜੀ ਆ 124 ਤੋਂ ਬਾਅਦ ਦੇਸ਼ ਦਰੋਹੀ ਅਦਾ ਸ਼ੁਰੂ ਹੋਏ ਨੇ ਕਾਰਵੀਆਂ 124 ਫਿਰ 124 ਇਹ ਤੁਸੀਂ ਦੇਸ਼ ਵਿਰੋਧੀ ਹੋ ਤੁਸੀਂ ਸਮਾਜ ਵਿਰੋਧੀ ਹੋ ਤੁਸੀਂ ਇਹਦੇ ਵਿਰੋਧੀ ਹੋ ਤੁਸੀਂ ਬਾਗੀ ਹੋ 124 ਇੱਥੋਂ ਸ਼ੁਰੂ ਹੋ ਜਾਂਦੀ ਹੈ 124 ABC ਤੇ ਆ ਜਿਹੜਾ ਹੁਣ ਮਸਲਾ ਪੰਜਾਬ ਦੇ ਰਾਜਪਾਲ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਆ ਇਹ ਇੰਨਾ ਜ਼ਿਆਦਾ ਵਿਗੜ ਚੁੱਕਾ ਹੈਗਾ ਇਹਦੇ ਨਾਲ ਨੁਕਸਾਨ ਪੰਜਾਬ ਦਾ ਹੋਣਾ ਰਾਜਨੀਤਿਕ ਤੌਰ ਤੇ ਵੀ ਆਰਥਿਕ ਤੌਰ ਤੇ ਹੁਣ ਜਿਹੜੀ ਪਿਛਲੇ 1 ਸਾਲ ਤੋਂ ਜਿਹੜੀ ਤੂ ਤੂ ਮੈਮੇ ਚੱਲ ਰਹੀ ਆ ਜਾਂ ਇੱਕ ਦੂਜੇ ਨੂੰ ਟਿਚਰਾਂ ਜਾਂ ਇੱਕ ਖਿਲਾਫ ਜਿਹੜੇ ਡੈਰੋਗਟਰੀ ਸ਼ਬਦ ਜਾਂ ਅਨ ਪਾਰਲੀਮੈਂਟ ਲੈਂਗੁਏਜ ਕਿਹਾ ਜਾਂਦੇ ਕਿ ਜਿਹੜੀ ਗੈਰ ਸਬਿਕ ਭਾਸ਼ਾ ਜਾਂ ਗੈਰ ਸੰਵਿਧਾਨਿਕ ਭਾਸ਼ਾ ਜਿਹੜੀ ਮर्यादा ਜਾਂ ਨੈਤਿਕਤਾ ਉਸ ਮਸਲੇ ਦੇ ਵਿੱਚ ਇੱਥੋਂ ਤੱਕ ਗੱਲ ਪਹੁੰਚੀ ਕਿ ਉਹ ਕਹਿ ਰਹੇ ਕਿ ਪਾਣੀ ਟੱਪ ਚੁੱਕਾ ਔਰ ਹੁਣ ਉਹ ਫੈਸਲਾ ਲੈ ਰਹੇ ਨੇ ਹੁਣ ਕੀ ਹੈ ਮੁਖਮਤੀ ਸਾਹਿਬ ਕੀ ਇਸ ਤੇ ਕੋਈ ਟਿੱਪਣੀ ਕਰਨਗੇ ਕਿ ਉਹ ਤਾਂ ਕਹਿੰਦੇ ਆਪਾਂ ਮੈਂ ਦਫਤਰ ਨੂੰ ਕਹਿ ਦਿੱਤਾ ਕਿ ਤੁਸੀਂ ਕ੍ਰਿਮੀਨਲ ਕੇਸ ਰਜਿਸਟਰਡ ਕਰੋ ਤੇ ਜਿਹੜਾ 124 ਦੇ ਤਹਿਤ ਕਾਰਵਾਈ ਕਰੋ ਪਰ ਮੁੱਖ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਸਟਮਾਨ ਤੇ ਰਾਜਪਾਲ ਦੀ ਆਪਣੀ ਸਿਆਸਤ ਦੇ ਤੌਰ ਤੇ ਟਿੱਪਣੀਆਂ ਹੋਈਆਂ ਪਰ ਮੁੱਖ ਮੰਤਰੀ ਸਾਹਿਬ ਨੇ ਇਹੋ ਜਿਹੇ ਸ਼ਬਦ ਕਿਹੜਾ ਵਰਤਿਆ ਹੋਵੇਗਾ ਜਿਸ ਨੂੰ ਆਧਾਰ ਬਣਾ ਰਹੇ ਆ ਉਹ ਕਿ ਅਸੀਂ ਨਹੀਂ ਪਰਚੇ ਤੋਂ ਘੱਟ ਗੱਲ ਹੀ ਨਹੀਂ ਇਹ ਤਾਂ ਬਹੁਤ ਜ਼ਿਆਦਾ ਅੱਗੇ ਜਿਹੜੀਆਂ ਹੱਦਾ ਟੱਪ ਕੇ ਮੁੱਖ ਮੰਤਰੀ ਇਸ ਕਰਕੇ ਪਰਚਾ ਬਣਦਾ ਹੀ ਬਣਦਾ ਜੇ ਪਰਚਾ ਹੁੰਦਾ ਤੇ ਫਿਰ ਕੀ ਨਤੀਜੇ ਹੋਣਗੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਉਹਨਾਂ ਨੇ ਤਿੰਨ ਚਾਰ ਜ਼ਿਕਰ ਕੀਤਾ ਇੱਕ ਤੇ ਕਿ ਇਹ ਚਿੱਠੀਆਂ ਲਿਖਦਾ ਰਹਿੰਦਾ ਇਹ ਚਿੱਠੀਆਂ ਲਿਖਦਾ ਰਹਿੰਦਾ ਮਤਲਬ ਇਹ ਇੱਕ ਭਾਸ਼ਾ ਵਾ ਉਹ ਵੀ ਲਵ ਲੈਟਰ ਹਾਂ ਨਹੀਂ ਇੱਕ ਤੋਂ ਕਿ ਇਹ ਚਿੱਠੀਆਂ ਲਿਖਦਾ ਰਹਿੰਦਾ ਮਤਲਬ ਤੁਸੀਂ ਇਹ ਸਨਮਾਨ ਦੇ ਨਾਮ ਨਹੀਂ ਕਹਿ ਰਹੇ ਇਹ ਹੋ ਸਕਦਾ ਕਿ ਰਾਜਪਾਲ ਸਾਹਿਬ ਵੀ ਚਿੱਠੀਆਂ ਲਿਖ ਰਹੇ ਨੇ ਜਾਂ ਲਿਖਦੇ ਨੇ ਇਹ ਵੀ ਚਿੱਠੀਆਂ ਲਿਖਦਾ ਫਿਰ ਵੇਲਾ ਫਿਰ ਚਿੱਠੀਆਂ ਨੂੰ ਲਵ ਲੈਟਰ ਫਿਰ ਬੀਜੇਪੀ ਦਾ ਏਜੰਟ ਇਹ ਜਿਹੜੀਆਂ ਚੀਜ਼ਾਂ ਨਹੀਂ ਇੱਕ ਰਾਸ਼ਟਰਪਤੀ ਜਾਂ ਇੱਕ ਗਵਰਨਰ ਬਾਰੇ ਬੋਲੀਆਂ ਜਾਣ ਤੇ لازਮੀ ਤੌਰ ਤੇ ਉਹ ਨੁਕਸਾਨਦੇਹ ਹੁੰਦੀਆਂ ਹੁਣ ਜੇ ਪਰਚਾ ਦਰਜ ਹੋ ਜਾਂਦਾ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਰਚਾ ਦਰਜ ਹੋ ਸਕਦਾ ਉਹ ਡਿਪੈਂਡ ਕਰਦਾ ਕਿ ਕਿੰਨੇ ਸਾਲ ਚੱਲੂਗਾ ਮੈਂ ਤਾਂ ਇਹ ਦੱਸਿਆ ਕਿ 124 ਦੀ ਜੇ ਆਈਪੀਸੀ ਨੂੰ ਪਰਿਭਾਸ਼ਾ ਦੇਣੀ ਹੋਵੇ ਸਿੰਪਲ ਤਰੀਕੇ ਦੇ ਨਾਲ ਕਿ ਜੇ ਕੋਈ ਵੀ ਬੰਦਾ ਦੇਸ਼ ਵਾਸੀ ਦੇਸ਼ ਦੇ ਕਿਸੇ ਵੀ ਰਾਜਪਾਲ ਸਾਹਿਬ ਬਾਰੇ ਦੇਸ਼ ਦੇ ਰਾਸ਼ਟਰਪਤੀ ਸਾਹਿਬ ਬਾਰੇ ਗਲਤ ਸ਼ਬਦਾਵਲੀ ਗਲਤ ਇਸਤੇਮਾਲ ਅਬਿਊਜ਼ਿੰਗ ਦੇ ਤੌਰ ਤੇ ਅਟੈਕ ਤੌਰ ਤੇ ਗੱਲ ਕਰਦਾ ਤੇ ਉਹ ਦੇਖੋ ਉਹਨੂੰ 1 ਸਾਲ ਤੋਂ ਲੈ ਕੇ 7 ਸਾਲ ਤੱਕ ਸਜ਼ਾ ਹੋ ਸਕਦੀ ਹੈ ਜੁਰਮਾਨਾ ਵੀ ਨਾਲ ਹੋਏਗਾ ਤੇ ਗੈਰਜਮਾਨਤੀ ਜਮਾਨਤ ਹੋਏਗੀ ਮਤਲਬ ਇਹ ਨਹੀਂ ਨੌਨ ਅਵੇਲੇਬਲ ਨੀਅਰ ਨੌਨ ਅਵੇਲੇਬਲ ਹੁਣ ਸਵਾਲ ਹੈ ਕਿ ਜਿਹੜਾ ਪੰਜਾਬ ਹੌਲੀ ਹੌਲੀ ਵਾਕੇ ਰਾਸ਼ਟਰਪਤੀ ਰਾਜ ਲਾਗੂ ਹੋਏਗਾ ਹੂੰ ਦੋਖੋ ਜਿਹੀਂ ਹੈ ਕਈ ਘਟਨਾਵਾਂ ਹੋ ਚੁੱਕੀਆਂ ਨੇ ਗਰਾਊਂਡ ਬਣਾਈ ਜਾ ਰਹੀ ਉਹ ਤੇ ਇਹ ਵੀ ਕਹਿ ਰਹੇ ਰਾਜਪਾਲ ਸਾਹਿਬ ਜਿਹੜੀ ਇੱਕ ਦਿੱਤੀ ਇੰਟਰਵਿਊ ਚ ਉਹਨਾਂ ਕਿਹਾ ਕਿ ਮੈਂ ਪੂਰੀ ਤਿਆਰ ਰਿਪੋਰਟ ਤਿਆਰ ਕਰ ਲਈ ਆ 1 ਸਾਲ ਦੀ 1 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੀ ਹੋਇਆ 1 ਸਾਲ ਦੇ ਵਿੱਚ ਪੰਜਾਬ ਨੇ ਗੈਰ ਸੰਵਿਧਾਨਿਕ ਕੰਮ ਕਿਹੜੇ ਕੀਤੇ ਨੇ 1 ਸਾਲ ਦੇ ਵਿੱਚ ਸਰਕਾਰ ਨੇ ਸੰਵਿਧਾਨ ਨੂੰ ਛਿੱਕੇ ਟੰਗ ਕੇ ਕਿਹੜੇ ਕੰਮ ਕੀਤੇ ਨੇ ਉਹ ਪੂਰੀ ਕੰਪਲੀਟ ਤੇ ਜਿਹੜੇ ਜਿਹੜੀ ਸੁਪਰੀਮ ਕੋਰਟ ਆ ਸੁਪਰੀਮ ਕੋਰਟ ਜਿਹੜੀ ਪੰਜਾਬ ਗਵਰਨਮੈਂਟ ਗਈ ਆ ਉਹਨੇ ਕਿਹਾ ਸੀ ਕਿ ਸਰਕਾਰ ਜਿਹੜੀ ਆ ਕੋਈ ਵੀ ਸਰਕਾਰ ਉਹ 167 ਆਰਟੀਕਲ ਦੇ ਤਹਿਤ ਗਵਰਨਰ ਨੂੰ ਜਾਣਕਾਰੀ ਦੇਣ ਵਾਸਤੇ پابੰਦ ਆ ਉਹ ਵੀ ਪੰਜਾਬ ਸਰਕਾਰ ਨੇ ਸੰਵਿਧਾਨ ਨਹੀਂ ਮੰਨਿਆ ਸੁਪਰੀਮ ਕੋਰਟ ਦੇ ਹੁਕਮ ਨਹੀਂ ਮੰਨੇ ਉਹ ਹੁਣ ਕਹਿੰਦੇ ਕਿ ਰਿਪੋਰਟ ਤਿਆਰ ਕਰਕੇ ਦੇਸ਼ ਦੀ ਰਾਸ਼ਟਰਪਤੀ ਮੈਡਮ ਜਿਹੜੇ ਦਰਪਤੀ ਮੁਰਮੂ ਜੀ ਨੇ ਉਹਨੂੰ ਭੇਜ ਦੇਣੀ ਹੈਗੀ ਉਹ ਫਿਰ ਉਹਨਾਂ ਦਾ ਅਖਤਿਆਰ ਆ ਕਿ ਉਹ ਕਰ ਦੇ ਕੀ ਜਾਂ ਨਹੀਂ ਕਰ ਦੇ ਪਰ ਜੇ ਇਦਾਂ ਦੀ ਸਰਕਾਰ ਖਿਲਾਫ ਰਿਪੋਰਟ ਚਲੀ ਜਾਂਦੀ ਆ ਤੇ ਜਿਹੜੇ ਭਗਵੰਤ ਮਾਨ ਸਾਹਿਬ ਦੇ ਸਿਆਸੀ ਦੁਸ਼ਮਣ ਆ ਵਿਧਿੰਦਾਂ ਪਾਰਟੀ ਆ ਮੈਂ ਆਪਦੀ ਪਾਰਟੀ ਦੇ ਜਿਹੜੇ ਉਹਨਾਂ ਦੇ ਸਿਆਸੀ ਸ਼ਰੀਕ ਬੈਠੇ ਨੇ ਉਹ ਪੰਜਾਬ ਚੋਂ ਵੀ ਆ ਨੇ ਉਹ ਦਿੱਲੀ ਚੋਂ ਵੀ ਆ ਪਿੱਛੇ ਜੇ 7-8 ਐਮਐਲਏ ਉਹ ਵੀ ਕੇਜਰੀਵਾਲ ਸਾਹਿਬ ਨੂੰ ਸ਼ਿਕਾਇਤ ਕਰਕੇ ਆਏ ਨੇ 5-7 ਮੰਤਰੀ ਵੀ ਸ਼ਿਕਾਇਤ ਕਰਕੇ ਆਏ ਨੇ ਉਹ ਜਿਹੜਾ ਇੱਕ ਟੋਲਾ ਭਗਵੰਤ ਮਾਨ ਸਾਹਿਬ ਦਾ ਸਿਆਸੀ ਸ਼ਰੀਕ ਨੇ ਉਹਨਾਂ ਨੂੰ ਬਹੁਤ ਵੱਡਾ ਬਲ ਮਿਲੇਗਾ ਦਿੱਲੀ ਵਾਲੇ ਜਿਹੜੇ ਨੇ ਚਾਹੇ ਉਹਦੇ ਵਿੱਚ ਕੇਜਰੀਵਾਲ ਸਾਹਿਬ ਲਾ ਲਓ ਚਾਹੇ ਉਹਦੇ ਵਿੱਚ ਰਾਗਵ ਚੱਡਾ ਸਾਹਿਬ ਲਾ ਲਓ ਜਾਂ ਜਿਹੜਾ ਇਹ ਧੜਾ ਉਹ ਕਹੇਗਾ ਕਿ ਅਸੀਂ ਤੇ ਤੁਹਾਨੂੰ ਚੰਗੀ ਭਲੀ ਸਰਕਾਰ ਦਿੱਤੀ ਆ ਸਾਡੇ ਕਰਕੇ ਤੁਹਾਨੂੰ 92 ਸੀਟਾਂ ਮਿਲੀਆਂ ਤੁਸੀਂ ਸਰਕਾਰ ਦਾ ਧਿਆਨ ਹੀ ਰੱਖ ਪਾਇਆ ਇਸ ਮਸਲੇ 'ਚ ਭਗਵੰਤ ਮਾਨ ਸਾਹਿਬ ਨੂੰ ਦਿੱਲੀ ਵਾਲਿਆਂ ਦੇ ਦਬਾਹੇ ਹੇਠ ਆਉਣਾ ਪੈ ਸਕਦਾ ਹੁਣ ਸਵਾਲ ਇਹ ਆ ਕਿ ਇਹ ਇਸ ਪੋਜੀਸ਼ਨ 'ਤੇ ਪਹੁੰਚ ਗਏ ਨੇ ਕਿਉਂਕਿ ਜੇ ਸਰਕਾਰ ਨੇ ਮਨ ਬਣਾ ਲਿਆ ਕਿ ਵਾਕੇ ਇਹ ਸਰਕਾਰ ਡੇਗਣੀ ਆ ਜਾਂ 356 ਲਾ ਕੇ ਇੱਥੇ ਗਵਰਨਰ ਰਾਜ ਲਾਉਣਾ ਤੇ ਫਿਰ ਇਹਦੇ 'ਚ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਏਗਾ ਭਗਵੰਤ ਮਾਨ ਸਾਹਿਬ ਦਾ ਨੁਕਸਾਨ ਹੋਏਗਾ ਵਿਰੋਧੀ ਤੇ ਖੁਸ਼ ਹੋਣਗੇ ਹੋਣਗੇ ਚਾਹੇ ਅਕਾਲੀਵਾਲੇ ਖੁਸ਼ ਹੋਣ ਚਾਹੇ ਭਾਜਪੀ ਵਾਲੇ ਖੁਸ਼ ਹੋਣ ਚਾਹੇ ਕਾਂਗਰਸੀ ਖੁਸ਼ ਹੋਣ ਉਹਨਾਂ ਦੇ ਆਪਣੇ ਬੜੇ ਖੁਸ਼ ਹੋਣਗੇ ਤੇ ਇਸ ਸਥਿਤੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਜਿਹੜਾ ਗਵਰਨਰ ਦੇ ਨਾਲ ਟਕਰਾਰ ਵਧਿਆ ਉਹ ਘਟਾਉਣਾ ਚਾਹੀਦਾ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਛੱਡੋ ਅੱਜ ਤੋਂ ਪਹਿਲਾਂ ਪੰਜਾਬ 'ਚ ਬਹੁਤ ਸਾਰੇ ਗਵਰਨਰ ਰਹੇ ਨੇ ਬਹੁਤ ਸਾਰੇ ਮੁੱਖ ਮੰਤਰੀ ਰਹੇ ਨੇ ਇਸ ਲੈਵਲ ਤੇ ਮੈਂ ਤੇ ਆ ਵੀ 22 ਸਾਲ ਹੋ ਗਏ ਨੇ ਮੈਂ ਇਸ ਲੈਵਲ ਤੇ ਨੀ ਕਿ ਰਾਜਪਾਲ ਵਿਚਕਾਰ ਔਰ ਮੁੱਖ ਮੰਤਰੀ ਵਿਚਕਾਰ ਐਦਾਂ ਦਾ ਤਕਰਾਰ ਵਧਿਆ ਹੋਊਗਾ ਤੇ ਜੇ ਰਾਸ਼ਟਰਪਤੀ ਦੀ ਜਿਹੜੀ ਹੌਲੀ ਹੌਲੀ ਇੱਕ ਕਹਾਣੀ ਬਣ ਰਹੀ ਆ ਔਰ ਜਿਹੜੀ ਹੈ ਕਿ ਗਵਰਨਰ ਸਾਹਿਬ ਨੇ ਕੰਪਲੇਂਟ ਦਰਜ ਕਰਵਾ ਦਿੱਤੀ ਇਟ ਮੀਨ ਕਿ ਰਾਸ਼ਟਰਪਤੀ ਰਾਜ 356 ਦੇ ਨੇੜੇ ਪੰਜਾਬ ਪਹੁੰਚ ਗਿਆ ਰਾਸ਼ਟਰਪਤੀ ਕੋਲ ਰਿਪੋਰਟ ਪਹੁੰਚ ਗਈ ਸਰਕਾਰ ਬੀਜੇਪੀ ਦੀ ਆ ਬੀਜੇਪੀ ਕੋਲ ਮੈਜੋਰਟੀ ਆ ਤੇ ਬੀਜੇਪੀ ਤਾਂ ਕੁਝ ਵੀ ਕਰ ਸਕਦੀ ਹੈ ਦੂਜਾ ਰਸਤਾ ਤਾਂ ਇਹ ਵੀ ਲੱਭਿਆ ਜਾ ਸਕਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਦਿੱਲੀ ਵਾਲਿਆਂ ਦੀ ਵੀ ਅੱਖ ਹੈ ਇਸ ਮਸਲੇ ਦੇ ਉੱਤੇ ਤੇ ਇੱਥੋਂ ਵਾਲਿਆਂ ਦੀ ਤਾਂ ਹੈ ਹੀ ਹੈ ਇੱਕ ਨਵਾਂ ਰਾਹ ਲੱਭਿਆ ਜਾਵੇ ਕਿ ਕਿਉਂ ਨਾ ਰਾਸ਼ਟਰਪਤੀ ਰਾਜ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਮੈਜੋਰਟੀ ਤਾਂ ਇਹਨਾਂ ਕੋਲ ਬਹੁਤ ਜ਼ਿਆਦਾ ਹੈ ਸ਼ੋਅ ਕਰ ਦਿੱਤੀ ਜਾਵੇ ਕਿ ਇੱਕ ਸਪਾਈ ਸਾਡੇ ਨੂੰ ਤੁਸੀਂ ਘੇਰ ਲਿਆ ਇਸ ਤਰੀਕੇ ਨਾਲ ਇੱਕ ਰਸਮੀ ਬਿਆਨ ਦੇ ਕੇ ਸਾਡਾ ਇੱਕ ਸਪਾਈ ਹੋਰ ਆ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਬਣੇਗਾ ਤੁੱਕ ਚਿਹਰੇ ਦੇ ਪੰਜਾਬ ਦੇ ਛੱਡੋ ਦਿੱਲੀ ਵਾਲੇ ਆ ਵੀ ਬੜੇ ਅੱਡੀਆਂ ਨੂੰ ਥੁੱਕ ਲਾ ਕੇ ਬੈਠੇ ਆਗੇ ਨੇ ਉਹ ਵੀ ਤੇ ਕੱਪੜੇ ਸਵਾ ਕੇ ਬੈਠੇ ਨਾ ਜੀ ਹੂੰ ਉਹਦੇ ਸੁਫਣੇ ਇਹ ਲੈ ਰਿਆ ਹੈਗੇ ਨੇ ਉਹਨਾਂ ਦੇ ਸਰਕਾਰ ਦੇ ਤੇ ਪਾਰਟੀ ਦੇ ਪੇਜ ਖੋਲ ਕੇ ਦੇਖ ਲੋ ਕਿਹਦੀਆਂ ਜਿਆਦਾ ਦੀਆਂ ਫੋੜਾਂ ਬੰਦਦੀਆਂ ਕਿਹਦੀਆਂ ਨਹੀਂ ਬੰਦਦੀਆਂ ਆਈਆਂ ਕਿਹਦੇ মিডিਆ ਦੇ ਵਿੱਚ ਸਭ ਤੋਂ ਜਿਆਦਾ ਪ੍ਰੈਸ ਨੋਟ ਛੱਪਦੇ ਤੇ ਕਿਹਦੇ ਛੁਪਾਏ ਜਾਂਦੇ ਨੇ ਕਿਹਦੇ ਬਾਰੇ ਸਭ ਤੋਂ ਜਿਆਦਾ মিডিਆ ਨੂੰ ਫੋਨ ਆਉਂਦੇ ਨੇ ਉਹ ਤਾਂ ਪਹਿਲਾਂ ਹੀ ਤਿਆਰੀ ਕਰਕੇ ਬੈਠੇ ਪਰ ਇਹ ਲੱਗਦਾ ਸਾਨੂੰ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬੜੇ ਸਿਆਣੇ ਨੇ ਔਰ ਪਾਰਲੀਮੈਂਟ ਦਾ ਉਹਨਾਂ ਦਾ ਤਜਰਬਾ ਅਜਿਹੀ ਜਿਹੜੀ ਨਾ ਚੀਜ਼ ਜੀ ਹੈ ਉਸ ਮਸਲੇ 'ਚ ਉਹ ਗਰੇਜ਼ ਕਰਨਾ ਚਾਹੀਦਾ ਹੈਗਾ ਉਹਨਾਂ ਨੂੰ ਜਿਹੜੀ એનર્ਜੀ ਪ੍ਰੋਬਲਮ ਕੀ ਹੈ ਕਿ ਭਗਵੰਤ ਮਾਨ ਸਾਹਿਬ ਦੀ ਜਿਹੜੀ એનર્ਜੀ ਹੈ ਨਾ ਉਹ ਅਜਿਹੇ ਕੰਮਾਂ ਤੇ ਲੱਗ ਗਈ ਹੈ ਜਿਹਦੇ ਨਾਲ ਪੰਜਾਬ ਦਾ ਵੀ ਨੁਕਸਾਨ ਹੋਏਗਾ ਉਹਨਾਂ ਦਾ ਆਪਣਾ ਨੁਕਸਾਨ ਇੱਕ ਦੋਨੇ ਚਾਰੇ ਪਾਸੇ ਫਰੰਟ ਖੋਲੇ ਨੇ ਗਵਰਨਰ ਸਾਹਿਬ ਨਾਲ ਵੱਖਰਾ ਫਰੰਟ ਆ ਅਕਾਲ ਤਖਤ ਸਾਹਿਬ ਨਾਲ ਵੱਖਰਾ ਫਰੰਟ ਸ਼੍ਰੋਮਣੀ ਗੁਰਦਵਾਰ ਕਮੇਟੀ ਨਾਲ ਵੱਖਰਾ ਕਾਲੀ ਦਲ ਨਾਲ ਵੱਖਰਾ ਭਾਜਪੀ ਨਾਲ ਵੱਖਰਾ ਕਾਂਗਰਸ ਨਾਲ ਵੱਖਰਾ ਫਰੰਟ ਹੀ ਇਹਦੇ ਤੇ ਉਹਨਾਂ ਦੀ એનર્ਜੀ ਮੈਨੂੰ ਲੱਗਦਾ 24 ਘੰਟਿਆਂ ਜੋ ਤੇ 12 ਕੇ ਡੇ ਖਾ ਜਾਂਦੇ ਨੇ ਹੂੰ ਹਰ ਟਿੱਪਣੀ ਕਰਦੇ ਨੇ ਔਰ ਸਵਾਲ ਇਹ ਕਿ ਭਗਵੰਤ ਮਾਨ ਤੇ ਜੇ ਅਟੈਕ ਕਰਦੇ ਨੇ ਵਿਰੋਧੀ ਚਾਹੇ ਕਾਂਗਰਸੀ ਚਾਹੇ ਕਾਲੀ ਸਵਾਏ ਮਲਵਿੰਦਰ ਸਿੰਘ ਕੰਗ ਤੋਂ ਇਲਾਵਾ ਕੋਈ ਬੋਲਦਾ ਨਹੀਂ ਔਰ ਇਹੋ ਜਿਹੇ ਜਿਹੜੇ ਮੰਤਰੀ ਜਿਹੜੇ ਐਮਏ ਉਹਨਾਂ ਨੂੰ ਤੇ ਟੁੱਟ ਟੁੱਟ ਕੇ ਪੈਣਾ ਜੀਦਾ ਕਿ ਤੁਸੀਂ ਕੌਣ ਹੁੰਦੇ ਜੀ ਸਾਡੇ ਮੁੱਖ ਮੰਤਰੀ ਨੂੰ ਘੇਰਾ ਪਾਉਣ ਵਾਲੇ ਬਦਨਾਮ ਕਰਨ ਵਾਲੇ ਅਟੈਕ ਕਾਲੀ ਦਲ ਵੀ ਕਰਦਾ ਕਾਂਗਰਸੀ ਕਰਦੇ ਨੇ ਬੀਜੇਪੀ ਵੀਰ ਕਰਦੇ ਮੈਂ ਨਹੀਂ ਦੇਖਿਆ ਭਗਵੰਤ ਮਾਨ ਤੇ ਅਟੈਕ ਕੀਤਾ ਹੋਵੇ ਵਿਰਧੀਆਂ ਨੇ ਉਹਦੇ ਚ ਅਮਨ ਰੋੜੇ ਨੇ ਡਿਫੈਂਡ ਕੀਤਾ ਹੋਵੇ ਕੁਲਦੀਪ ਸਿੰਘ ਢਾਲੀਵਾਲ ਨੇ ਡਿਫੈਂਡ ਕੀਤਾ ਹੋਵੇ ਹਰਪਾਲ ਚੀਮੇ ਡਿਫੈਂਡ ਕੀਤਾ ਹੋਵੇ ਉਹ ਮੀਤ ਇਹਨੇ ਡਿਫੈਂਡ ਕੀਤਾ ਹੋਵੇ ਅਨਮੋਲ ਗਗਨਮਾਨ ਨੇ ਡਿਫੈਂਡ ਕੀਤਾ ਹੋਵੇ ਹਰਪਜਤ ਸਿੰਘ ਈਟੀਓ ਲਾਲਜੀਤ ਸਿੰਘ ਪੁੱਲਰ ਡਾਕਟਰ ਬਲਬੀਰ ਸਿੰਘ ਜਿਨਨੇ ਵੀ ਲਾਲਚੰਦ ਘਟਾਰੂ ਚੱਕ ਦੀ ਸੁਣਿਆ ਇਹਨਾਂ ਨੇ ਆਪਣੇ ਮੁੱਖ ਮੰਤਰੀ ਡਿਫੈਂਡ ਕੀਤਾ ਹੋਵੇ ਇਹਦਾ ਇਹ ਮਤਲਬ ਆ ਕਿ ਭਗਵੰਤ ਮਾਨ ਮੁੱਖ ਮੰਤਰੀ ਕੱਲੇ ਪਏ ਹੋਏ ਨੇ ਉਹਨਾਂ ਦੇ ਨਾਲ ਨਾ ਕੋਈ ਮਿਲਦਾ ਐ ਐਮ ਐਲ اے ਨਾ ਮੰਤਰੀ ਆਗੇ ਨੇ ਔਰ ਧੜਾ ਬੜਾ ਮਜ਼ਬੂਤ ਆ ਇਹ ਸਾਰੇ ਸਾਰੇ ਮੈਨੂੰ ਲੱਗਦਾ ਦਿੱਲੀ ਵਾਲੇ ਮਸਲੇ ਨਹੀਂ ਤੇ ਤੁਹਾਡੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੋ ਮੁੱਖ ਮੰਤਰੀ ਕਾਲੀ ਅਟੈਕ ਕਰਦੇ ਪੂਰੀ ਦੀ ਪੂਰੀ ਕਾਂਗਰਸ ਅਟੈਕ ਕਰਦੀ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਕੋਈ ਬਾਦਲ ਸਾਹਿਬ ਤੇ ਕੋਈ ਟਿੱਪਣੀ ਕਰਦੇ ਪੂਰੇ ਪੂਰੇ ਕਾਲੀ ਦਲ ਅਟੈਕ ਕਰਦਾ ਸੀ ਤੇ ਭਗਵੰਤ ਮਾਨ ਸਾਹਿਬ ਤੇ ਇੰਨੇ ਜਿਆਦਾ ਅਟੈਕ ਹੋ ਰਹੇ ਨੇ ਹਾਲਾਂਕਿ ਉਹ ਕੱਲੇ ਵੀ ਬਥੇਰੇ ਨੇ ਵਿਰੋਧੀਆਂ ਨੂੰ ਜਵਾਬ ਦੇਣ ਵਾਸਤੇ ਲੇਕਿਨ ਇੱਕ ਦਾ ਨੇ ਇੱਕ ਤੇ 11 ਹੋ ਹੀ ਜਾਂਦਾ ਤੇ ਭਗਵੰਤ ਮਾਨ ਦੇ ਨਾਲ ਇੱਕ ਬਣਨ ਨੂੰ ਕੋਈ ਤਿਆਰ ਨਹੀਂ ਆ ਤੇ ਇਹਦਾ ਮਤਲਬ ਆ ਕਿ ਇਸ ਮਸਲੇ ਦੇ ਵਿੱਚ ਪਾਰਟੀ ਦੇ ਜਿਹੜੇ ਐਮਐਲਏ ਜਾਂ ਮੰਤਰੀ ਆ ਉਹ ਕੀ ਭਗਵੰਤ ਮਾਨ ਸਾਹਿਬ ਬਾਰੇ ਸੋਚਦੇ ਪਰ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਆ ਜਿਹੜੀਆਂ ਵਿਰੋਧੀਆਂ ਦੇ ਲੜਾਈਆਂ ਉਨੀ ਕੀ ਕਰਨੀ ਚਾਹੀਦੀ ਜਿੰਨੀ ਕੀ ਬੰਦੀ ਆ ਘੱਟੋ ਘੱਟ ਜਿਹੜੇ ਲੜਾਈ ਵਾਲੇ ਫਰੰਟ ਬੰਦ ਕਰੋ ਪੰਜਾਬ ਵਾਲੇ ਤੁਸੀਂ ਪੰਜਾਬ ਬਾਰੇ ਬੜਾ ਸੋਚ ਰਹੇ ਹੋ ਪੰਜਾਬ ਦੀ ਜਵਾਨੀ ਬਾਰੇ ਸੋਚ ਰਹੇ ਹੋ ਕਿਸਾਨੀ ਬਾਰੇ ਸੋਚ ਰਹੇ ਹੋ ਇੰਡਸਟਰੀ ਬਾਰੇ ਸੋਚ ਰਹੇ ਹੋ ਆਪਨ ਨੂੰ ਤੁਹਾਨੂੰ ਚਾਹੀਦਾ ਕਿ 24 ਘੰਟੇ ਦੀ بجائے 48 ਘੰਟੇ ਉਧਰ ਕੰਮ ਹੋਣਾ ਚਾਹੀਦਾ ਵਿਰੋਧੀ ਜੋ ਵਿਰੋਧੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਉਹ ਪੰਜਾਬ ਦੀ ਜਨਤਾ ਨੇ ਦੇ ਦਿੱਤੀ ਹੈ ਤੁਹਾਡੀ ਸਜ਼ਾ ਦਿੱਤੀ ਰਿਕਾਰਡ 'ਚ ਨਹੀਂ ਆਉਣੀ ਤੁਹਾਡੀ ਸਜ਼ਾ ਦੋਗੇ ਤੇ ਲੋਕਾਂ ਕਹਿੰਦੇ ਬਦਲੇ ਦੀ ਸਿਆਸਤ ਹੋ ਰਹੀ ਆ ਲੋਕਾਂ ਦੀ ਕਚਹਿਰੀ ਤੇ ਨੀਲੀ ਛਤਰੀ ਵਾਲਾ ਉਸ ਤੋਂ ਵੱਡੀ ਕੋਈ ਕਚੈਰੀ ਨਹੀਂ ਅਦਾਲਤ ਨਹੀਂ ਆ ਗਈ ਸਿਆਸੀ ਤੌਰ ਤੇ ਪੰਜਾਬ ਦੀ ਜਨਤਾ ਨੇ ਕਾਲੀਆਂ ਨੂੰ ਵੀ ਸਿਖਾਤਾ ਬੀਜੇਪੀ ਵਾਲਿਆਂ ਨੂੰ ਵੀ ਸਿਖਾਤਾ ਕਾਂਗਰਸ ਨੂੰ ਵੀ ਸਿਖਾਤਾ ਤੁਹਾਨੂੰ ਤੇ ਸਿਰਫ ਫੋਕਸ ਕਰਨਾ ਚਾਹੀਦਾ 3 ਕਰੋੜ ਪੰਜਾਬੀਆਂ ਤੇ ਤੁਸੀਂ ਫੋਕਸ ਕੀ ਕਰ ਰਹੇ ਹੋ ਗਵਰਨਰ ਸਾਹਿਬ ਇੱਕ ਸੁਬੀਰ ਸਿੰਘ ਬਾਦਲ ਦੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਿੰਨ ਅਕਾਲ ਸਿੰਘ ਸਾਹਿਬ ਚਾਰ ਕਾਂਗਰਸ ਪੰਜ ਮਨਪ੍ਰੀਤ 6 ਸੁਖਪਾਲ ਕਹਿਰਾ 7 ਸਤਹੀ 7-8 ਬੰਦਿਆਂ ਤੇ ਫੋਕਸ ਕਰ ਰਹੇ ਹੋ ਤੁਹਾਨੂੰ 3 ਕਰੋੜ ਪੰਜਾਬੀਆਂ ਵੱਲ ਫੋਕਸ ਕਰਨਾ ਜਿਹਦੇ 7 ਜਾਣੇ ਤਾਂ ਹੋ ਸਕਦਾ ਤੁਹਾਨੂੰ ਉਲਝਾ ਲੈਣਾ ਹੂੰ ਪਰ ਤੁਹਾਡੀ ਜਵਾਬ ਤੇ ਉਹ ਹੋਣੀ ਚਾਹੀਦੀ ਇਹ 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 ਇਹਨਾਂ ਵੱਲ ਨਹੀਂ ਤੁਹਾਡੀ ਜਵਾਬ ਦੇਣੀ ਹੋਣੀ ਚਾਹੀਦੀ ਕਿਉਂਕਿ ਬਾਕੀ 5 6 ਚਿਹਰੇ ਨਹੀਂ ਹੁੰਦਾ ਇੱਕ ਪਾਸੇ ਰਹਿ ਗਏ ਅੱਜ ਤਾ ਹੁਣ ਇੱਕ ਚਿਹਰਾ ਹੀ ਭਾਰੂ ਪੈਂਦਾ ਦਿਖਾਈ ਦੇ ਰਿਹਾ ਉਹਨੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਹੁਣ ਇਸ ਕੇਸ ਦੇ ਵਿੱਚ ਆਮ ਲੋਕਾਂ ਦੀ ਵੀ ਨਜ਼ਰ ਪਣੀ ਹੋਈ ਹੈ ਜਦੋਂ ਦੀ ਆਪਾਂ ਵੀ ਖਬਰਾਂ ਸਾਂਝੀਆਂ ਕੀਤੀਆਂ ਉਹ ਸਾਰੇ ਲੋਕਾਂ ਦੇ ਮਨ ਵਿੱਚ ਇਹ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਣੇਗਾ ਕੀ ਕਿ ਉਹ ਸੀਟ ਤੇ ਰਹਿਣਗੇ ਜਾਂ ਹਮੇਸ਼ਾ ਲਈ ਛੁੱਟੀ ਹੋ ਸਕਦੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੇ ਤੇ ਲੋਕ ਜਿਹੜੇ ਇਹਨਾਂ ਦੀ ਪਾਰਟੀ ਦੇ ਨੇ ਭਗਵੰਦ ਮਾਨ ਨੂੰ ਕਿੰਨਾ ਕੀ ਪਸੰਦ ਕਰਦੇ ਸਾਰੀ ਜਨਤਾ ਨੂੰ ਪਤਾ ਸਾਰੇ ਜਾ ਕੇ ਦਿੱਲੀ ਹਾਜ਼ਰੀਆਂ ਭਰਦੇ ਉਹ ਸਾਰਿਆਂ ਨੂੰ ਪਤਾ ਚਾਹੇ ਕੋਈ ਸ਼ਰੇਆਮ ਜਾਂਦਾ ਹੈ ਕਈ ਚੋਰੀ ਛਿਪੇ ਜਾਂਦਾ ਹੈ ਹਨ ਉਹ ਦੂਜਾ ਇਹ ਸਭ ਤੋਂ ਵੱਡੀ ਸਵਾਲ ਹੈ ਕਿ ਇਹ ਲੜਾਈ ਕੰਤੋਂ ਐਂਡ ਹੋਣਾ ਚਾਹੀਦਾ ਇਸ ਤੋਂ ਅੱਗੇ ਨਹੀਂ ਵਧਣਾ ਚਾਹੀਦਾ ਹਾਲਾਂਕਿ ਇਹ ਹੋ ਸਕਦਾ ਹੈ ਕਿ ਜਿਹੜੇ ਗਵਰਨਰ ਸਾਹਿਬ ਨੇ ਇੰਟਰਵਿਊ ਦਿੱਤੀ ਆ ਉਹਦੇ ਚੋ ਨੇ ਕਿਹਾ ਕਿ ਮੈਂ ਆਪਣੇ ਦਫਤਰ ਨੂੰ ਕਿਹਾ ਤਾਂ 124 ਦੇ ਤਹਿਤ ਕ੍ਰਿਮੀਨਲ ਕੰਪਲੇਂਟ ਫਾਈਲ ਕਰੋ ਹਣਾ ਹੁਣ ਉਹ ਸਰਕਾਰ ਦਾ ਐਕਸ਼ਨ ਦੇਖ ਰਹੇ ਨੇ ਰੈਕਸ਼ਨ ਦੇਖ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਰੈਕਸ਼ਨ ਦੇ ਰਹੇ ਐਕਸ਼ਨ ਤੇ ਉਹਨਾਂ ਕਰਤਾ ਉਹਨਾਂ ਦਾ ਰੈਕਸ਼ਨ ਦਾ ਇੰਤਜ਼ਾਰ ਹੁਣ ਜੇ ਤੇ ਰੈਕਸ਼ਨ ਆ ਗਿਆ ਬੜਾ ਸਪਸ਼ਟ ਬੜਾ ਹੈਲਦੀ ਤਰੀਕੇ ਦੇ ਨਾਲ ਇਸ ਲੜਾਈ ਨੂੰ ਖਤਮ ਕਰਨ ਵਾਲਾ ਫਿਰ ਤਾਂ ਲੜਾਈ ਇੱਥੇ ਰੁਕ ਗਈ ਤੇ ਜੇ ਤੁਸੀਂ 4 ਕਦਮ ਹੋਰ ਅੱਗੇ ਅਜਿਹੀ ਸਟਿੱਪਣੀ ਦੇ ਦਿੱਤੇ ਤੇ ਉਹ ਲੜਾਈ ਅੱਗੇ ਵਧੇਗੀ ਉਹਦੇ ਨਾਲ ਉਹਦੇ ਨਾਲ ਉਹਦੇ ਨਾਲ ਨੁਕਸਾਨ ਕਿਹਦਾ ਹੋਣਾ ਪੰਜਾਬ ਦਾ ਤੇ ਹੈ ਹੀ ਹੈ ਲੇਕਿਨ ਸਿਆਸੀ ਤੌਰ ਤੇ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਹੀ ਹੈ ਪਰ ਲੜਾਈ ਜਿਹੜੀ ਹੱਦ ਤੱਕ ਪਹੁੰਚੀ ਹੈ ਜੇ ਰਿਐਕਸ਼ਨ ਦੇ ਤੌਰ ਤੇ ਮੁੱਖ ਮੰਤਰੀ ਦਾ ਜਵਾਬ ਠੰਡਾ ਆ ਗਿਆ ਤਾਂ ਉਹ ਫਿਰ ਲੋਕਾਂ ਨੂੰ ਵੀ ਹਜਮ ਨਹੀਂ ਆਉਣਾ ਉਹਨਾਂ ਦੇ ਜਿਹੜੇ ਸਮਰਥਕ ਹੈ ਕਿ ਮੁੱਖ ਮੰਤਰੀ ਠੰਡੀ ਸੁਰ ਨਾਲ ਗੱਲ ਤਾਂ ਕਰਦੇ ਨਹੀਂ ਡਰ ਕੇ ਲੱਗਦਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਫਿਕਰ ਇਹ ਵੀ ਹੋਣਾ ਹੈ ਕਿ ਮੈਂ ਠੰਡੀ ਸੁਰ ਨਾਲ ਕਿਵੇਂ ਬੋਲਾਂ ਕਿਹੜੇ ਮੂੰਹ ਨਾਲ ਬੋਲਾਂ ਜੇ ਤਿੱਖਾ ਬੋਲਣਗੇ ਤਾਂ ਫਿਰ ਜਿਹੜਾ ਨੁਕਸਾਨ ਹੋ ਰਿਹਾ ਹੋਰ ਜ਼ਿਆਦਾ ਵੱਧ ਜਾਣਾ ਸਨੇਬ ਲੋਕਾਂ ਦਾ ਨਹੀਂ ਲੋਕ ਕਿੰਨੇ ਕੀ ਹੋਣਗੇ ਜਿਹੜੇ ਲੋਕੀ ਤੱਤਾ ਭਾਲਦੇ ਹੈਗੇ ਨਾ ਇਹ ਕਿਹੜੀ 65 ਦੀ ਜਾਂ 71 ਦੀ ਕਾਰਗਲ ਦੀ ਲੜਾਈ ਹੈ ਨਾ ਇੱਕ ਅਧਿਕਾਰਾਂ ਨੂੰ ਲੈ ਕੇ ਕਿ ਸੰਵਿਧਾਨ ਨੂੰ ਲੈ ਕੇ ਵਿਧਾਨ ਨੂੰ ਲੈ ਕੇ ਕਿ ਹਿੱਤਾਂ ਨੂੰ ਲੈ ਕੇ ਲੜਾਈ ਹੈ ਨਾ ਤੇ ਇਹਦੇ ਚ ਸੋਰ ਠੰਡੀ ਜਾਂ ਤੱਤੀ ਦਾ ਸਵਾਲ ਨਹੀਂ ਹੈਗਾ ਉਹ ਹੁਣ ਜੇ ਤੁਸੀਂ ਤੱਤੇ ਪੰਦੇ ਵਿੱਚ ਕਾਲੇ ਪੰਦੇ ਵਿੱਚ ਜਵਾਬ ਦਿਓਗੇ ਨਾ ਉਹਦਾ ਨੁਕਸਾਨ ਤੇ ਮੁੱਖ ਮੰਤਰੀ ਸਾਹਿਬ ਦਾ ਹੀ ਹੋਏਗਾ ਭਗਵੰਤ ਮਾਨ ਸਾਹਿਬ ਦਾ ਹੋਏਗਾ ਉਹਦੇ ਚ ਲੋਕਾਂ ਦਾ ਕੀ ਹੈ ਲੋਕ ਤੇ ਮਸਾਲਾ ਭਾਲਦੇ ਨੇ ਸਵਾਲ ਹੈ ਕਿ ਮਸਾਲੇ ਦੇ ਨਾਲ ਲੋਕਾਂ ਨੂੰ ਹੈਲਦੀ ਵੀ ਸੋਚਣਾ ਚਾਹੀਦਾ ਪੰਜਾਬ ਪੱਕੀ ਸੋਚਣਾ ਚਾਹੀਦਾਗਾ ਨਾ ਸਾਡਾ ਪ੍ਰੋਬਲਮ ਹੈ ਕਿ ਨਾ ਸਾਡੀ ਨਰੂਈ ਸੇਧ ਰਹੀ ਹੈ ਨਾ ਸਾਡੀ ਨਰੂਈ ਸੋਚ ਰਹੀ ਹੈ ਅਸੀਂ ਤੇ ਇੱਕ ਪਰੌਂਠਿਆਂ ਵਾਲੇ ਨੂੰ ਵੀ ਮੁੱਦਾ ਬਣਾ ਲੈਂਦੇ ਹੈਗੇ ਪੰਜਾਬੀਆਂ ਦੀ ਤੇ ਇੰਨੀ ਕੀ ਦਿਵਾਲੀ ਆਪਾਂ ਨਿਕਲ ਚੁੱਕਾ ਇੰਨੀ ਕੀ ਬૌਧਿਕਤਾ ਲੈਵਲ ਆ ਚੁੱਕਾ ਹੁਣ ਸਵਾਲ ਇਹ ਹੈ ਕਿ ਰਾਸਪਾਲ ਸਾਹਿਬ ਵਾਲਾ ਔਰ ਮੁੱਖ ਮੰਤਰੀ ਸਾਹਿਬ ਦੋਨਾਂ ਨੂੰ ਬੈਠ ਜਾਣਾ ਚਾਹੀਦਾ ਹੈਗਾ ਮੈਨੂੰ ਇਹ ਲੱਗਦਾ ਕਿ ਹੁਣ ਜਦੋਂ 15 ਅਗਸਤ ਨੂੰ ਗਵਰਨਰ ਐਟ ਹੋਮ ਹੁੰਦਾ ਗਵਰਨਰ ਐਟ ਹੋਮ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਵਿਰੋਧੀ ਧਿਰ ਦੇ ਐਮ ਐਲ ਏ ਜਿੰਨੇ ਵੀ ਮਨਿਸਟਰਜ਼ ਅਫਸਰ ਉਹ ਗਵਰਨਰ ਐਟ ਹੋਮ 15 ਅਗਸਤ ਨੂੰ ਹੋਊਗਾ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੂੰ ਜਾਣਾ ਚਾਹੀਦਾ ਹੈਗਾ ਲੜਾਈ ਖਤਮ ਕਰਨੀ ਚਾਹੀਦੀ ਹੈ ਸੈਂਟਰ ਨੂੰ ਤੇ ਗਵਰਨਰ ਦੇ ਜਰੀਏ ਸੈਂਟਰ ਕੋਲ ਕੰਮ ਕਰਵਾਉਣੇ ਗਵਰਨਰ ਦੇ ਜਰੀਏ ਕੰਮ ਕਰਵਾਉਣੇ ਚਾਹੀਦੇ ਅਗੇ ਔਰ ਮੈਨੂੰ ਲੱਗਦਾ ਹੈ ਕਿ ਗਵਰਨਰ ਸਾਹਿਬ ਕੋ ਤਜਰਬਾ ਵੀ ਹੈ ਇਹ ਚੌਥੀ ਸਟੇਟ ਆ ਰਾਜਪਾਲ ਸਾਹਿਬ ਕੋਲ ਜਿੱਥੇ ਉਹ ਬਤੌਰ ਗਵਰਨਰ ਰਹ ਚੁੱਕੇ ਨੇ ਇਸ ਤੋਂ ਪਹਿਲਾਂ ਤਿੰਨ ਸਟੇਟਾਂ ਦੇ ਵਿੱਚ ਤੇ ਉਹ ਵੈਸੇ ਮਿਲਦਾ ਕਿ ਅਗਰ ਮੁੱਖ ਮੰਤਰੀ ਜਾਂ ਗਵਰਨਰ 15 ਦਿਨ ਬਾਅਦ ਮਹੀਨੇ ਬਾਅਦ ਪਹਿਲਾਂ ਹੁੰਦਾ ਰਿਹਾ ਜੋ ਅਸੀਂ ਦੇਖਦੇ ਰਹੇ ਆ ਕਿ ਲੰਚ ਜਾਂ ਡਿਨਰ ਜਾਂ ਅਜਿਹੇ ਚਾਹ ਪਾਣੀ ਦਾ ਪ੍ਰੋਗਰਾਮ ਚੱਲਦਾ ਰਹਿੰਦਾ ਔਰ ਮੈਨੂੰ ਲੱਗਦਾ ਕਿ ਜਦੋਂ ਸਰਕਾਰ ਬਣੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਔਰ ਗਵਰਨਰਸ ਮੈਨੂੰ ਲੱਗਦਾ ਕਿ ਇਹਨਾਂ ਨੇ ਖੁਸ਼ੀ ਦੇ ਨਾਲ ਚਾਹ ਦਾ ਕਪਸਾਂਝਾ ਕੀਤਾ ਹੋਵੇ ਤੇ ਪੰਜਾਬ ਮਸਲਾ ਇੱਕ ਬਾਰਡਰ ਸਟੇਟ ਆ ਮੈਨੂੰ ਲੱਗਦਾ ਕਿ ਨਾ ਗਵਰਨਰ ਸਾਹਿਬ ਉਹਨਾਂ ਸੀਐਮ ਸਾਹਿਬ ਬਾਰਡਰ ਸਟੇਟ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਦੋਨਾਂ ਜਾਣਿਆਂ ਨੂੰ ਦੋਨੇ ਸੰਵਧਾਨਿਕ ਸੌਹ ਚੁੱਕੀ ਹੈ ਸੰਵਧਾਨ ਦੀ ਸੌਹ ਚੁੱਕੀ ਸੰਵਧਾਨਕ ਅਹੁਦਿਆਂ ਦੇ ਬੈਠੇ ਇਹ ਲੜਾਈ ਇੱਥੇ ਖਤਮ ਕਰ ਦੇਣੀ ਚਾਹੀਦੀ ਹੈ ਇਸ ਲੜਾਈ ਦੇ ਵਿੱਚ ਕੀ ਰੱਖਿਆ ਕਿਸੇ ਨੂੰ 124 ਦੇ ਤਹਿਤ ਕ੍ਰਿਮੀਨਲ ਕੇਸ ਰਜਿਸਟਰਡ ਹੋ ਸਜ਼ਾ ਮਿਲਦੀ ਕਿ ਨਹੀਂ ਮਿਲਦੀ ਗਾਂ ਅਦਾਲਤ ਨੇ ਦੇਖਣਾ ਪਰ ਉਹਦੇ ਨਾਲ ਸਵਾਲ ਜਿੱਤ ਹਾਰ ਤੇ ਹੈ ਨਹੀਂ ਆ ਗੱਲ ਅਧਿਕਾਰਾਂ ਦੀ ਆ ਸੰਵਿਧਾਨ ਨੇ ਜਿੰਨੂੰ ਰਾਈਟ ਦਿੱਤੇ ਆ ਬਰਾਬਰ ਉਹ ਇੱਕ ਚੁਣੀ ਹੋਈ ਸਰਕਾਰ ਇਹ ਸੰਵਿਧਾਨ ਦੇ ਰਾਖੇ ਨੇ ਗਵਰਨਰ ਦਾ ਲਾਉਣ ਦਾ ਕੀ ਮਤਲਬ ਹੁੰਦਾ ਇਹ ਹੀ ਆ ਕਿ ਕੋਈ ਵੀ ਜਿਹੜੀ ਸੂਬਾ ਸਰਕਾਰ ਜੇ ਸੰਵਿਧਾਨ ਦੇ ਧਾਰੇ ਦੇ ਵਿੱਚ ਹੀ ਰਹਿ ਕੇ ਕੰਮ ਕਰਦੀ ਆ ਤੇ ਗਵਰਨਰ ਨੂੰ ਕੋਈ ਸਮੱਸਿਆ ਨਹੀਂ ਆ ਗਵਰਨਰਨ ਨੂੰ ਵੀ ਤੇ ਰਾਸ਼ਟਰਪਤੀ ਸਾਹਿਬ ਵੀ ਅਪਾਇੰਟ ਕਰ ਦੇਣਾ ਇਸ ਕਰਕੇ ਲੜਾਈ ਖਤਮ ਕਰ ਦੇਣੀ ਚਾਹੀਦੀ ਹੈ ਨਹੀਂ ਤੇ ਬੜਾ ਪੰਜਾਬ ਦਾ ਇੱਕ ਬਾਰਡਰ ਸਟੇਟ ਹੈ ਪੰਜਾਬ ਨੇ ਹਲੇ ਤੱਕ ਚੱਲਿਆ ਨੁਕਸਾਨ ਹੀ ਚੱਲਿਆ ਆਰਥਿਕ ਤੌਰ ਤੇ ਅਹੀਂ ਚੱਲ ਰਿਹਾ ਸਮਾਜਿਕ ਤੌਰ ਤੇ ਅਹੀਂ ਚੱਲਿਆ ਹੁਣ ਇੰਨਾ ਦਿਨਾਂ ਚ ਵੱਡ ਟੁੱਕ ਹੋ ਜਾਂਦੀ 47 ਦੇ ਵਿੱਚ ਉਹ ਅਸੀਂ ਪੰਜਾਬ ਸਾਡਾ ਵੱਡਿਆ ਗਿਆ ਲੋਕੀ ਤੇ ਕਹਿੰਦੇ ਨੇ ਕਿ ਵੰਡਿਆ ਆ ਗਿਆ ਵੀ ਪਾਕਿਸਤਾਨ ਅੱਡ ਹੋ ਗਿਆ ਇੰਡੀਆ ਅੱਡ ਹੋ ਗਿਆ ਪੰਜਾਬ ਵਾਲੇ ਕੀ ਕਹਿੰਦੇ ਆ ਜਾਂ ਮੇਰੇ ਵਰਗੇ ਕਹਿੰਦੇ ਕਹਿੰਦੇ ਵੰਡ ਨਹੀਂ ਹੋਈ ਸੀ ਪਾਕਿਸਤਾਨ ਭਾਰਤ ਦੀ ਵੰਡ ਨਹੀਂ ਹੋਈ ਸੀ ਕੀ ਵੱਡਿਆ ਗਿਆ ਸੀ ਪੰਜਾਬ ਵੱਡਿਆ ਗਿਆ ਤੇ ਇਹਨਾਂ ਦਿਨਾਂ ਦੇ ਇੱਕ ਬਾਰਡਰ ਸਟੇਅਰ ਕਰਕੇ ਤੇ ਸਾਡਾ ਪਹਿਲਾਂ ਹੀ ਬੜਾ ਨੁਕਸਾਨ ਹੋਇਆ ਸਾਨੂੰ ਤਾਂ ਪਹਿਲਾਂ ਹੀ ਬੜੇ ਸੇਕ ਲੱਗੇ ਹੋਏ ਨੇ ਪੰਜਾਬ ਵਾਲਿਆਂ ਨੂੰ ਤੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਇੱਕ ਹੋਰ ਅਗਲਾ ਮਸਲਾ ਭਾਜਪੀ ਦੇ ਆਗੂ ਨਾਲ ਜੁੜਿਆ ਹੋਇਆ ਹੈ ਬਤੌਰ ਪਾਰਲੀਮੈਂਟਰੀ ਉਹ ਜਾਂਦੇ ਨੇ ਪਰ ਪੌੜੀਆਂ ਘੱਟ ਚੜੇ ਕਹਿੰਦੇ ਪਾਰਲੀਮੈਂਟ ਦੀਆਂ ਉਹ ਨੇ ਸਨਿ ਦਿਓਲ ਗਰਦਾਸਪੁਰ ਵਾਲੇ ਅੱਜ ਡੀਕਦੇ ਹੋਣੇ ਕਿਉਂਕਿ ਚੋਣ ਪ੍ਰਚਾਰ ਆਪਣਾ ਕਰਨ ਦੇ ਲਈ ਫਿਲਮ ਦਾ ਗਦਰ 2 ਜਿਹੜੀ ਆ ਰਹੀ ਹੈ ਲੋਕ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਖਾਸ ਕਰਕੇ ਗਰਦਾਸਪੁਰ ਦੇ ਲੋਕ ਉਹ ਕਹਿੰਦੇ ਗਦਰ ਕਹੀਏ ਜਾਂ ਗਦਾਰ ਕਹੀਏ ਇਹ ਦੋ ਸ਼ਬਦ ਬੜੇ ਪ੍ਰਚਲਿਤ ਹੋਏ ਪਏ ਉਹਨਾਂ ਨੂੰ ਲੈ ਕੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਨਿ ਦਿਓਲ ਸਾਹਿਬ ਕੱਲ ਰਿਟਰੀਟ ਸਰਮਨੀ ਤੇ ਜਾ ਕੇ ਤੇ ਉਹ ਗਾਣਾ ਗਾਏ ਤੇ ਘੜਾ ਪਾਏ ਨੇ ਤੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਨੇ ਉਸ ਤੋਂ ਬਾਗਾ ਬਾਡਰ ਤੋਂ 65 ਕਿਲੋਮੀਟਰ ਆ ਗੁਰਦਾਸਪੁਰ ਜਾਂ ਇਹ ਕਹਿੰਦੇ ਕਿ 30 40 ਕਿਲੋਮੀਟਰ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਤੇ ਜੇ ਤੁਸੀਂ ਇਹ ਫਿਲਮ ਪ੍ਰਮੋਸ਼ਨ ਵਾਸਤੇ ਜਾ ਰਹੇ ਹੋ ਗੁਰਦਾਸਪੁਰ ਵਾਲਿਆਂ ਨੂੰ ਵੀ ਸ਼ਕਲ ਦਿਖਾਉਣੀ ਚਾਹੀਦੀ ਆ ਸੰਨੀ ਦਿਓ ਨੂੰ ਕਿ ਭਈ ਮੈਂ ਗਲਤ ਤੁਸੀਂ ਗਲਤੀ ਕੀਤੀ ਜਾਂ ਮੈਂ ਗਲਤੀ ਹੁਣ ਗੁਰਦਾਸਪੁਰੀਏ ਵੀ ਗਲਤ ਆ ਜਿਨ੍ਹਾਂ ਨੇ ਇਹੋ ਜੇ ਲੀਡਰ ਨੂੰ ਵੋਟਾਂ ਪਾਤੀਆਂ ਤੇ ਸੰਨੀ ਦਿਓਲ ਵੀ ਗਲਤ ਆ ਕਿ ਜੇ ਭਈ ਤੂੰ ਐਮਪੀ ਬਣ ਕੇ ਕੁਝ ਸਵਾਰਨਾ ਨਹੀਂ ਸੀ ਤੂੰ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਸੀ ਦੇਖਣੀਆਂ ਤੇਰਾ ਧਿਆਨ ਹੀ ਫਿਲਮਾਂ ਵੱਲ ਸੀ ਤੇ ਫਿਰ ਤੈਨੂੰ ਕੀ ਗੱਲ ਕਿਤੇ ਮੋਦੀ ਸਾਹਿਬ ਜਹਾਮੀਸ਼ਾ ਨੇ ਧੌਂ ਤੇ ਗੋਡਾ ਰੱਖਿਆ ਸੀ ਮਨਾ ਕਰ ਦਿੰਦੇ ਨਾ ਜੇ ਤੁਸੀਂ ਪੋਲਿਟਿਕਸ ਕਰਨੀ ਨਹੀਂ ਇੱਕ ਸੀਟ ਖਰਾਬ ਕੀਤੀ ਲੋਕਾਂ ਦਾ ਤੁਸੀਂ ਵਿਸ਼ਵਾਸ ਤੋੜਿਆ ਲੋਕਾਂ ਦਾ ਮਨ ਤੋੜਿਆ ਲੋਕਾਂ ਦਾ ਦਿਲ ਤੋੜਿਆ ਤੇ 5 ਸਾਲ ਹੋਣ ਵਾਲਿਆ ਤੇ ਤੁਸੀਂ ਡੱਕਾ ਤੋੜਿਆ ਨਹੀਂ ਤੇ ਇਸ ਕਰਕੇ ਗੁਰਦਾਸਪੁਰੀਆਂ ਦਾ ਰੋਣਾ ਵੀ ਸਹੀ ਹੈ ਲੇਕਿਨ ਗੁਰਦਾਸਪੁਰੀਆਂ ਵੀ ਆਪਣੇ ਆਪ ਨੂੰ ਘੱਟੋ ਘੱਟ ਮੰਨ ਤੇ ਲੈ ਕੇ ਸਾਡੇ ਕੋਲ ਗਲਤੀ ਹੋ ਗਈ ਅਸੀਂ ਬਸ ਸੰਨੀ ਦੋਲ ਦੇ ਡੋਲੇ ਤੇ 2.5 ਕਿਲੋ ਦਾ ਹੱਥ ਤੇ ਨਲਕਾ ਪੁੱਟ ਲਿਆ ਅਸੀਂ ਉਹੀ ਦੇਖ ਲਿਆ ਦੇਖਿਆ ਗਿਆ ਕਿ ਇਸ ਕਰਕੇ ਸਵਾਲ ਇਹ ਹੈ ਕਿ ਹੁਣ ਗੁਰਦਾਸਪੁਰੀਆਂ ਦਾ ਰੋਸਾ ਉਹਨਾਂ ਤੇ ਰੋਸਾ ਜਾਇਜ਼ ਵੀ ਹੈ ਤੇ ਨਜਾਇਜ਼ ਵੀ ਹੈ ਪਹਿਲਾਂ ਤੇ ਪਤਾ ਹੀ ਕਿ ਬਾਲੀਵੁੱਡ ਵਾਲੇ ਜਿਹੜੇ ਹੁੰਦੇ ਨਾ ਜੀ ਇਹ ਇਹ ਡੱਕਾ ਨਹੀਂ ਤੋੜਦੇ ਜਿੰਨੇ ਵੀ ਖਿਡਾਰੀ ਨੇ ਲਾਰਾ ਸੱਭਾ ਜਿੰਦਾ ਇਹ ਵੀ ਡੱਕਾ ਨਹੀਂ ਤੋੜਦੇ ਕਿਉਂਕਿ ਇਹਨਾਂ ਦਾ ਕੰਮ ਨਹੀਂ ਆ ਇਹਨਾਂ ਨੂੰ ਹੱਥ ਜੋੜਨੇ ਤੇ ਨਹੀਂ ਆਉਦੇ ਇਹਨਾਂ ਨਾਲ ਤਾਂ ਕੋਈ ਹੱਥ ਨਹੀਂ ਸੁੱਟ ਸਕਦਾ ਕਿਉਂਕਿ ਹੱਥ ਮੈਲੇ ਹੋ ਜਾਂਦੇ ਨੇ ਠੀਕ ਹੈ ਤਾਂ ਹੁਣ ਸਵਾਲ ਹੈ ਕਿ ਜਿੰਨੇ ਵੀ ਚਾਹੇ ਸਚਨ ਤੋਂ ਦੂਲਕਰ ਸੀ ਚਾਹੇ ਇਹ ਹੋ ਗਿਆ ਜੇ ਆਪਣੇ ਪੰਜਾਬ ਵਾਲੇ ਵੀ ਆ ਉਹ ਕਮੈਂਟਰੀ ਘਟ ਕਰਦੇ ਹੁਣ ਜਦੋਂ ਰੌਲਾ ਪੈ ਗਿਆ ਹਰਭਜਨ ਸਿੰਘ ਹੋਣਾਂ ਦਾ ਬਿਹਾਰ ਆਇਓ ਨੇ ਤੇਰੇ ਇਲਾਕੇ ਦੇ ਵਿੱਚ ਤੇ ਆ ਕੇ ਫਿਰ ਫੋਟੋ ਜੀ ਖਿਚਾ ਕੇ ਫਿਰ ਗਾਇਬ ਹੋ ਗਏ ਨਾ ਜੀ ਤੇ ਹੁਣ ਸਵਾਲ ਇਹ ਚਾਹੇ ਕ੍ਰਿਕਟਰ ਹੋਣ ਚਾਹੇ ਖਿਡਾਰੀ ਹੋਣ ਚਾਹੇ ਬਾਲੀਵੁੱਡ ਵਾਲੇ ਇਹਨਾਂ ਨੂੰ ਤੇ ਇਹ ਰਾਜ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਤੇ ਲੜਾਉਣੀ ਨਹੀਂ ਚਾਹੀਦੀ ਇਹ ਤਾਂ ਪਾਰਲੀਮੈਂਟ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਸੌ ਖਾ ਲਈ ਖਾ ਲੈਣੀ ਚਾਹੀਦੀ ਹੈ ਉਸੇ ਪਾਰਲੀਮੈਂਟ ਦੀ ਕਿ ਅਸੀਂ ਇਸ ਪਾਰਲੀਮੈਂਟ ਪਵਿੱਤਰ ਮੰਦਰ ਦੀ ਸੌ ਖਾਂਦੇ ਆ ਕਿ ਕੋਈ ਵੀ ਪਾਰਟੀ ਨਾ ਕਿਸੇ ਖਿਡਾਰੀ ਨੂੰ ਨਾ ਕਿਸੇ ਬਾਲੀਵੁੱਡ ਦੇ ਹੀਰੋ ਜਾਂ ਹੀਰੋ ਨੂੰ ਅਸੀਂ ਰਾਜ ਸਭਾ ਜਾਂ ਲੋਕ ਸਭਾ ਮੈਂਬਰ ਨਹੀਂ ਬਣਾਵਾਂਗੇ ਹੁਣ ਸਵਾਲ ਹੈ ਕਿ ਲੋਕੀ ਕਹਿ ਰਹੇ ਕਿ ਗਦਰ 2 ਆਈ ਹੈ ਜਾਂ ਗਰਦਾਸਪੁਰ ਦਾ ਗਦਾਰ ਆਇਆ ਇਹ ਹੁਣ ਜਿਹੜਾ ਇਹ ਲੋਕੀ ਟਾਈਟਲ ਦੇ ਰਹੇ ਨੇ ਕੀ ਕਿਤੇ ਇਹ ਤਾਂ ਨਾ ਹੋਵੇ ਕਿ ਸੰਨੀ ਦਿਓਲ ਨੂੰ ਗਦਾਰ ਕਹਿੰਦੇ ਕਹਿੰਦੇ ਪੂਰੀ ਭਾਜਪਾ ਨੂੰ ਇੱਥੇ ਚਵੀ ਦੇ ਵਿੱਚ ਫੱਟੀ ਪੋਚ ਦੇਣ ਇਸ ਕਰਕੇ ਇਝੇਆ ਪਾਰਟੀਆਂ ਦੀ ਫੱਟੀ ਪੋਚ ਨਹੀਂ ਵੀ ਚਾਹੀਦੀ ਅੱਗੇ ਕਿ ਜਿਹੜੇ ਇਦਾਂ ਦੇ ਲੋਕ ਚੁਣ ਕੇ ਭੇਜ ਦਿੰਦੇ ਨੇ ਪਾਰਟੀਆਂ ਪਿੱਛੇ ਲੋ ਇਹ ਸੇ ਬਣੇ ਲੋ ਕੀ ਸੀਟਾਂ ਦੇ ਦੇਣਗੇ ਤੇ ਬੱਲੇ ਬੱਲੇ ਹੋ ਜੂਗੀ ਉਹ ਫਿਰ ਨੁਕਸਾਨ ਹੁੰਦਾ ਚੰਡੀਗੜ੍ਹ ਦੇ ਵਿੱਚ ਵੀ ਇਹੀ ਰੌਲਾ ਬੀਬੀ ਕਿਰਨ ਖੇਰ ਜੀ ਆ ਜਾਂਦੇ ਹਾਜੀ ਲਵਾ ਕੇ ਫਿਰ ਬੰਬੇ ਉੱਥੇ ਕਈ ਪ੍ਰੋਗਰਾਮ ਦੇ ਸ਼ੋਅ ਕਰਨੇ ਹੁੰਦੇ ਇਸ ਕਰਕੇ ਗੁਰਦਾਸਪੁਰੀਆਂ ਨੂੰ ਖੁਦ ਪਹਿਲਾਂ ਵੀ ਸੋਚਣਾ ਚਾਹੀਦਾ ਉਹਨਾਂ ਨੂੰ ਆਪਣੀ ਪੀੜ੍ਹੀ ਥੱਲੇ ਵੀ ਛੋਟਾ ਮਾਰਨਾ ਚਾਹੀਦਾ ਤੇ ਇਸ ਤੋਂ ਬਾਅਦ ਬਾਕੀ ਜਿਹੜੇ ਇੰਡੀਆ ਦੇ ਵਿੱਚ ਲੋਕ ਹੈ ਉਹਨਾਂ ਨੂੰ ਵੀ ਕਰ ਲੈਣਾ ਚਾਹੀਦਾ ਕਿ ਇਹ ਕਿੰਨੇ ਕੀ ਕੰਮ ਦੇ ਆਗਰੇ ਪਰ ਇੱਕ ਹੈ ਵੱਡਾ ਉਮ ਬਹੁਤ ਸਾਰੇ ਹੁਣ ਬੈਠੇ ਆ ਗਨੇ ਬੀਜੇਪੀ ਨੇ ਤਾਂ ਬੜੇ ਭੋਜਪੁਰੀ ਬੜੇ ਹੀਰੋ ਸੀਟਾਂ ਦਿੱਤੀਆਂ ਸਾਰੇ ਜਿੱਤੇ ਹੋਏ ਨੇ ਪਰ ਉਹ ਸ਼ਾਇਦ ਆਪਣੇ ਹਲਕੇ 'ਚ ਜਾਂਦੇ ਹੋਣ ਸੰਨੀ ਦਿਓਲ ਮੇ ਲੱਦਾ ਇੱਕ ਦਿਨ ਫਾਰਮ ਪਰ ਹੋਏ ਨੇ ਚੋਣ ਪ੍ਰਚਾਰ ਕੀਤਾ ਉਹ ਤਾਂ ਮੇ ਲੱਦਾ ਡੀਸੀ ਕੋ ਵੀ ਨਹੀਂ ਲੈਣ ਆਏ ਸੀ ਜਿੱਤ ਦਾ ਸਰਟੀਫੀਕੇਟ ਵੀ ਨਹੀਂ ਲੈਣ ਆਏ ਸੀ ਫਿਰ ਉਹਨਾਂ ਨੇ ਆਪਣਾ ਇੱਕ ਪੀਏ ਰੱਖ ਲਿਆ ਸੰਨੀ ਦਿਓਲ ਨੇ ਮਤਲਬ ਲੋਕ ਸਭਾ ਗਰਦਾਸਪੁਰ ਠੇਕੇ ਦੇ ਦਿੱਤਾ ਸੀ ਤੇ ਹੁਣ ਮੇ ਲੱਗਦਾ ਕਿ ਪੰਜਾਬ ਦੇ ਲੋਕੀ ਕੀ ਉਹਨੂੰ ਫਿਲਮ ਤੇ ਚਲ ਬਣ ਗਈ ਹੈਗੀ ਹੂੰ ਸੀਡ ਇੱਕ ਖਰਾਬ ਹੋ ਗਈ ਸਾਢੇ 4 ਸਾਲਾਂ ਚ ਗੁਰਦਾਸਪੁਰ ਦਾ ਡੱਕਾ ਨਹੀਂ ਤੋੜਿਆ ਗਿਆ ਇਹ ਨਾ ਹੋਵੇ ਕਿ ਗੁਰਦਾਸਪੁਰ ਇਹਨਾਂ ਦੀ ਫਿਲਮ ਦਾ ਇਹਨੇ ਬਾਈਕਾਟ ਹੋ ਜੇ ਵੀ ਇਹਦੀ ਫਿਲਮ ਨੂੰ ਨਹੀਂ ਲੱਗਣ ਦੇਣੀ ਹੈਗੀ ਜੇ ਗੁਰਦਾਸਪੁਰੀਏ ਤੱਤੇ ਹੋ ਜਾ ਅਣਖ ਵਾਲੇ ਹੋਏ ਘਟੋ ਘਟ ਜਿਹੇ ਲੋਕਾਂ ਨੂੰ ਸਬਕ ਮਿਲਣਾ ਚਾਹੀਦਾ ਹੈਗਾ ਜਾਂ ਦੇ ਸਿਆਸਤ ਦੇ ਵਿੱਚ ਆਉ ਨਾ ਜਾਂ ਫਿਰ ਹਲਕੇ ਦੇ ਲੋਕਾਂ ਦੇ ਦੁੱਖ ਤਕਲੀਫ ਪੂਰੇ ਸੁਨੇਹੇ ਨਹੀਂ ਆ ਕਿ ਉੱਥੋਂ ਚਿੱਠੀ ਲਿਖਤੀ ਤੇ ਸ਼ਕਲਾਂ ਦਿਖਾਈ ਕਦੀ ਆਇਆ ਨਹੀਂ ਮੈਨੂੰ ਲੱਗਦਾ ਕਿ ਗੁਰਦਾਸਪੁਰ ਜਿਹਨੇ ਬਾਅਦ ਚ ਦੇਖਿਆ ਨਹੀਂ ਹੈਗਾ ਔਰ ਇਹਨੂੰ ਸੰਨੀ ਦਿਓ ਨੂੰ ਮੈਂ ਦਾਅਵੇ ਨਾ ਕਹਿ ਸਕਦਾ ਇਹਨੂੰ ਗੁਰਦਾਸਪੁਰ ਦੇ ਪੂਰੇ ਪਿੰਡ ਛਡੋ ਇਹਨੂੰ ਨੌ ਹਲਕਿਆਂ ਬਾਰੇ ਵੀ ਨਹੀਂ ਪਤਾ ਨਾ ਕਿ ਗੁਰਦਾਸਪੁਰ ਲੋਕ ਸਭਾ ਸੀਟ ਦੇ ਵਿੱਚ ਕਿਹੜੇ ਕਿਹੜੇ ਵਿਧਾਨ ਸਭਾ ਹਲਕੇ ਪੈਂਦੇ ਨੇ ਤੇ ਕਿਹੜੇ ਕਿਹੜੇ ਵਿਧਾਨ ਸਭਾ ਦੇ ਹਲਕੇ 'ਚ ਕਿੰਨੀ-ਕਿੰਨੀ ਵੋਟ ਹੈ ਤੇ ਮੈਨੂੰ ਕਿਹੜੇ-ਕਿਹੜੇ ਹਲਕੇ 'ਚ ਕਿੰਨੀ-ਕਿੰਨੀ ਵੋਟ ਪਈ ਸੀ ਜਾਂ ਇਹ ਵੀ ਦੱਸ ਦੇਣ Google ਤੋਂ ਬਿਨਾ ਕਿ ਮੈਂ ਕਿੰਨੀਆਂ ਵੋਟਾਂ ਨਾਲ ਜਿੱਤਿਆ ਉਹ ਵੀ ਇਹਨੂੰ ਸੰਨੀ ਦਿਓ ਨੂੰ ਚੇਤਾ ਭੁੱਲ ਗਿਆ ਹੋਣਾ ਜੀ ਇੱਕ ਹੋਰ ਮਸਲਾ ਪੰਜਾਬ ਦਾ ਨਸ਼ਿਆਂ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ ਇੱਕ ਵੱਡੀ ਖੇਪ ਕਹਿੰਦੇ 2023 ਦੇ ਵਿੱਚ ਪੰਜਾਬ ਪੁਲਿਸ ਦਾ ਸਭ ਤੋਂ ਵੱਡੀ ਰਿਕਵਰੀ ਵਾਲਾ ਐਕਸ਼ਨ 77 ਕਿਲੋ ਹਰੋਇਨ ਦਾ ਫੜੇ ਜਾਣਾ ਤਿੰਨ ਪਿਸਟਲ ਨੇ ਜਿਹੜੇ ਇੰਪੋਰਟਡ ਸੀ ਚਾਰ ਨਸ਼ਾ ਤਸਕਰ ਇਹ ਸਾਰੀਆਂ ਗੱਲਾਂ ਲੈ ਕੇ ਖੁਦ ਡੀਜੀਪੀ ਆਏ ਕਹਿੰਦੇ ਵੱਡੀ ਸਫਲਤਾ ਹੈ ਸਾਡੀ ਇਸ ਨੂੰ ਸਫਲਤਾ ਵਜੋਂ ਦੇਖਿਆ ਜਾਵੇ ਜਾਂ ਇਸ ਨੂੰ ਨਕਾਮੀ ਵਜੋਂ ਵੀ ਦੂਜਾ ਪਾਸਾ ਇਹ ਵੀ ਹੈ ਕਿ ਫਿਰ ਇੰਨੀ ਖੇਪ ਪਹੁੰਚ ਕਿਵੇਂ ਜਾਂਦੀ ਹੈ ਭਾਰਤ ਤੱਕ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ 'ਚ ਨਸ਼ਾ ਉਸੇ ਤਰ੍ਹਾਂ ਹੀ ਹੈ ਕਿਉਂਕਿ ਉਹ ਹੀ ਸਰਕਾਰ ਕਹਿੰਦੀ ਹੁੰਦੀ ਕਿ ਕਾਲੀਆਂ ਵਲੇ ਨਸ਼ਾ ਜਾਂ ਕਾਂਗਰਸਾਂ ਵਲੇ ਅੱਜ ਇਹਨਾਂ ਦੀ ਸਰਕਾਰ ਵਿਲੇ ਨਸ਼ਾ ਫੜਿਆ ਜਾਂ ਉਦੋਂ ਵੀ ਫੜਿਆ ਜਾ ਰਿਹਾ ਅੱਜ ਵੀ ਫੜਿਆ ਜਾ ਰਿਹਾ ਹੁਣ ਸਵਾਲ ਹੈ ਕਿ ਬੀਐਸਐਡ ਦਾ ਘੇਰਾ ਵੀ ਸੈਂਟਰ ਸਰਕਾਰ ਨੇ 50 ਕਿਲੋਮੀਟਰ ਘਰ ਤੱਕ ਘਰਤਾ ਮਤਲਬ ਅੱਧਾ ਪੰਜਾਬ ਹੁਣ ਬੀਐਸਐਡ ਦੇ ਅੰਡਰ ਹੈ ਭਾਰਤ ਸਰਕਾਰ ਦੇ ਅੰਡਰ ਅ ਸਿਕਿਉਰਟੀ ਦੇ ਪੁਆਇੰਟ ਆਫ 뷰 ਦੇ ਨਾਲ ਹੁਣ ਸਵਾਲ ਹੈ ਕਿ ਜਿਹੜਾ ਹੁਣ ਪੰਜਾਬ ਪੁਲਿਸ ਦੇ ਜਿਹੜਾ ਐਸਐਸਪੀ ਫਿਰੋਜ਼ਪੁਰ ਨੇ ਲਖਬੀਰ ਸਿੰਘ ਹੋਣਾ ਉਹਨਾਂ ਦੀ ਗਵਾਹੀ ਚ ਇਹ ਵੱਡੀ ਕਾਮਯਾਬੀ ਮਿਲੀ ਹੈ ਹੁਣ ਇਹ ਕਿ ਨਸ਼ਾ ਆ ਕਿੱਥੋਂ ਰਿਹਾ ਸਭ ਤੋਂ ਵੱਡੀ ਗੱਲ ਹੈ ਕਿ ਬਾਰਡਰ ਇੱਕ ਤੇ ਬਾਰਡਰ ਹੈ ਪੂਰੇ 6 ਜ਼ਿਲ੍ਹੇ ਪੈਂਦੇ ਨੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਉਹ ਹੁਣ ਇਹਨਾਂ ਨਸ਼ਾ ਆ ਰਿਹਾ ਜਾਂਦੇ ਉਥੇ ਬੀਐਸਐਫ ਚੁੱਪ ਕਰਕੇ ਬੈਠੀ ਜਾਂ ਡਰੋਨ ਦੇ ਰਾਹੀਂ ਆ ਰਹੇ ਆ ਜਾਂ ਉਥੇ ਲੋਕ ਮਿਲਿਓ ਹੀ ਨੇ ਜਾਂ ਲੋਕਲ ਪੁਲਿਸ ਸਟੇਸ਼ਨ ਵਾਲੇ ਇਹ ਹੁਣ ਸਾਰੀ ਇੱਕ ਵੱਡੀ ਗੱਲ ਹੈ ਕਿ ਇੱਕ ਤੇ ਹੋ ਗਈ ਫਰਸਟ ਲਾਈਨ ਡਿਫੈਂਸ ਲਾਈਨ ਜਿਹੜੀ ਬੀਐਸਐਫ ਦੇ ਅੰਦਰ ਆ ਸੈਕੰਡ ਪੰਜਾਬ ਪੁਲਿਸ ਦੇ ਆ ਤੇ ਜੇ ਫਿਰ ਵੀ ਇੰਨਾ ਨਸ਼ਾ ਆ ਰਿਹਾ ਤੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਫਿਰ ਤੇ ਬੜੀ ਚੁਣੌਤੀ ਵਾਲੀ ਗੱਲ ਆ ਹੁਣ ਇਹ ਕਿ ਇਹ ਨਸ਼ਾ ਜੇ ਨਾ ਫੜਿਆ ਜਾਂਦਾ ਕੀ ਇਹ ਪੰਜਾਬ ਚ ਕੰਜ਼ੂਮ ਹੋਣਾ ਸੀ ਜਾਂ ਫਿਰ ਦੂਜੇ ਸਟੇਟਾਂ ਚ ਜਾਣਾ ਸੀ ਬੇਸਿਕਲੀ ਜਿਹੜਾ ਅਫਗਾਨਿਸਤਾਨ ਤੋਂ ਆ ਰਿਹਾ ਉਹ ਪੰਜਾਬ ਪਹਿਲਾਂ ਪਾਕਿਸਤਾਨ ਚੋਂਦਾ ਫਿਰ ਪਾਕਿਸਤਾਨ ਪੰਜਾਬ ਇੱਕ ਰਸਤਾ ਸੀ ਹੈਨਾ ਟਰਾਂਜੈਕਸ਼ਨ ਦਾ ਇੱਕ ਜਰੀਆ ਸੀ ਕੰਜ਼ਿਊਮ ਕਿੱਥੇ ਹੁੰਦਾ ਸੀ ਦਿੱਲੀ ਬੰਬੇ ਮਹਾਰਾਸ਼ਟਰਾ ਵੱਡੇ ਵੱਡੇ ਉਹਨਾਂ ਚ ਦਿੱਤੇ ਰਾਤ ਦੀਆਂ ਦਿਨ ਦੀਆਂ ਪਾਰਟੀਆਂ ਚੱਲਦੀਆਂ ਜਿੱਥੇ ਰਾਤ ਦੀ ਪਾਰਟੀ 12:00 ਵਜੇ ਸ਼ੁਰੂ ਹੁੰਦੀ ਆ ਜਦ ਕਿ ਬਾਕੀ ਇੱਥੇ 10:00 ਵੇ ਪਾਰਟੀਆਂ ਖਤਮ ਹੋ ਜਾਂਦੀਆਂ ਉੱਥੇ ਦੇ ਦਿਨ ਚੜ੍ਹਦੇ ਤੱਕ ਪਾਰਟੀਆਂ ਚੱਲਦੀਆਂ ਰਹਿੰਦੀਆਂ ਤੇ ਇਹ ਸਾਰਾ ਬਹੁਤ ਵੱਡੀ ਚੁਣੌਤੀ ਹਾਲਾਂਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੇ ਇੱਕ ਨਵਾਂ ਜਿਹੜਾ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਦਫਤਰ ਅੰਬਸਰ ਵੀ ਖੋਲਣ ਦਾ ਫੈਸਲਾ ਕਰ ਲਿਆ ਤੇ ਜੇ ਫਿਰ ਵੀ ਆਉਂਦਾ ਨਸ਼ਾ ਆਉਂਦਾ ਤੇ ਸਰਦ ਤੋਂ ਆਇਆ ਤੇ ਸਰਦ ਤੋਂ ਨਸ਼ਾ ਆ ਰਿਹਾ ਇਟ ਮੀਨ ਕਿ ਉਹਨਾਂ ਸਰਕਾਰਾਂ ਨੂੰ ਵੀ ਭਾਰਤ ਸਰਕਾਰ ਨੂੰ ਚਿੱਠੀ ਲਿਖਣੀ ਚਾਹੀਦੀ ਪਿੱਛੇ ਦੇ ਜਦੋਂ ਅਫਗਾਨਿਸਤਾਨ ਦੇ ਪ੍ਰਾਈਮ ਮਿਨਿਸਟਰ ਆਏ ਹੇ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੀ ਉਹਨਾਂ ਜ਼ਿਕਰ ਵੀ ਕੀਤਾ ਹੀ ਕਿਪੇ ਤੁਹਾਡੇ ਉਧਰੋਂ ਹੇਰੋਨ ਬਹੁਤ ਆਉਂਦੀ ਆ ਤੇ ਉਹ ਉਧਰੋਂ ਹੀ ਆਉਂਦੀ ਹੈਗੀ ਆ ਰਾ ਪੰਜਾਬ ਆ ਪਰ ਔਰ ਪਿੱਛੇ ਜੇ ਤੇ ਗੁਜਰਾਤ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਕਰੋੜਾ ਰੁਪਏ ਦੀ ਫੜੀ ਗਈ ਸੀ ਉਦੋਂ ਵੀ ਬੜਾ ਕਿੰਤੂ ਪਰੰਤੂ ਕੀਤਾ ਗਿਆ ਸੀ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਹੁਣ ਸਵਾਲ ਹੈ ਕਿ ਕਿਸੇ ਪੋਲੀਟੀਕਲ ਪਾਰਟੀਆਂ ਇੱਕ ਦੂਜੀਆਂ ਸਰਕਾਰਾਂ ਨੂੰ ਨਿੰਦਕੋਗੀਆਂ ਤੇ ਰਹਿ ਨਹੀਂ ਗਈਆਂ ਨਾ ਬੀਜੇਪੀ ਵਾਲੇ ਪੰਜਾਬ ਵਾਲੇ ਨੂੰ ਕਹਿ ਸਕਦੇ ਜਾਂ ਪੰਜਾਬ ਵਾਲੇ ਉਹਨਾਂ ਨੂੰ ਕਹਿ ਸਕਦੇ ਆ ਪਰ ਇਹ ਇੱਕ ਬਹੁਤ ਵੱਡਾ ਚੁਣੌਤੀ ਹੈ ਚੈਲੰਜ ਹੈ ਜਿਹੜਾ ਤੇ ਬਾਹਰੋਂ ਸਰਦਾਂ ਤੋਂ ਆ ਰਿਹਾ ਉਹ ਦੂਜੇ ਸੂਬਿਆਂ 'ਚ ਜਾ ਰਿਹਾ ਨਸ਼ਾ ਤੇ ਜਿਹੜੇ ਪੰਜਾਬ ਦੇ ਵਿੱਚ ਚਿੱਟਾ ਰੋਲਾ ਗਿਆ ਡੇਰਾ ਬੱਸੀ ਇੱਥੇ ਬੰਦ ਹੈਗਾ ਹਮਜਬਦੀ ਬੰਦ ਆ ਤੇ ਉਹ ਪੰਜਾਬ ਚ ਕੰਜ਼ਿਊਮ ਹੋ ਰਿਹਾ ਤੇ ਇਸ ਕਰਕੇ ਇਹ ਤੇ ਬਹੁਤ ਵੱਡਾ ਇੱਕ ਚੈਲੰਜ ਬਣ ਚੁੱਕਾ ਪੰਜਾਬ ਵਾਸਤੇ ਵੀ ਤੇ ਇੰਡੀਆ ਵਾਸਤੇ ਵੀ ਕਿ ਇਹ ਜਿਹੜੀ ਬਿਮਾਰੀ ਨੂੰ ਕਿਵੇਂ ਰੋਕਿਆ ਜਾ ਸਕਦਾ ਲੇਕਿਨ ਜਿਹੜੇ ਨਸ਼ੇ ਨੇ ਉਹਦੇ ਚ ਤੇ ਜੇ ਬਾਰਡਰ ਤੇ ਬੀਐਸਐਫ ਲੱਗੀ ਆ ਫਿਰ ਪੰਜਾਬ ਪੁਲਿਸ ਲੱਗੀ ਆ ਤੇ ਇਹ ਵੀ ਇਹਨਾਂ ਦੇ ਵੀ ਤੇ ਇੱਕ ਚੌਕਸੀ ਕਰਨ ਦੀ ਜ਼ਰੂਰਤ ਆ ਹੁਣ ਐਨਸੀਬੀ ਆਈ ਆ ਉਹ ਦੇਖਦੇ ਇਸ ਮਸਲੇ ਦੇ ਵਿੱਚ ਕੀ ਕਰਦੀ ਹੈਗੀ ਨਾ ਤਿੰਨ ਸ਼ਕਤੀਆਂ ਹੋਗੇ ਨਾ ਬੀਐਸਐਫ ਹੋਗੀ ਪੰਜਾਬ ਪੁਲਿਸ ਹੋਗੀ ਜੇ ਬੀਐਸਐਫ ਦਾ ਫੇਲ ਹੋ ਰਿਹਾ ਜੇ ਮਿਲਟਰੀ ਐਂਡ ਇੰਟੈਲੀਜੈਂਸ ਦਾ ਫੇਲ ਹੋ ਰਿਹਾ ਫਿਰ ਪੰਜਾਬ ਦੀ ਸੀਆਈਡੀ ਦਾ ਜੇ ਫੇਲ ਹੋ ਰਿਹਾ ਤੇ ਐਨਸੀਬੀ ਦਾ ਇੱਕ ਆਪਣਾ ਕੰਟਰੋਲ ਵਿੰਗ ਹੈ ਤੇ ਜੇ ਸਾਰੀਆਂ ਏਜੰਸੀਆਂ ਗਵਰਨਮੈਂਟ ਦੀਆਂ ਫੇਲ ਹੋ ਗਈਆਂ ਫਿਰ ਤੇ ਰੱਬ ਹੀ ਰੱਖਣਾ ਜੀ ਬਹੁਤ ਸ਼ੁਕਰੀਆ ਇਹਨਾਂ ਦੋ ਤਿੰਨ ਮੁੱਦਿਆਂ ਤੇ ਤੁਸੀਂ ਚਰਚਾ ਕੀਤੀ ਹੈ ਅੱਜ ਦੀ ਚਰਚਾ ਬਾਰੇ ਤੁਸੀਂ ਕੀ ਖੁਦ ਸੋਚਦੇ ਹੋ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਅੱਜ ਦੀ ਇਸ ਚਰਚਾ ਵਿੱਚ ਇਨਾ ਹੀ ਸਾਨੂੰ ਦੁਆਗਿਆ ਧੰਨਵਾਦ